ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਸਭ ਤੋਂ ਪਹਿਲਾਂ ਅਧਿਆਪਕ ਦਿਵਸ 'ਤੇ, ਕੱਲ੍ਹ ਜੋ ਸਾਡਾ ਅਧਿਆਪਕ ਦਿਵਸ ਸੀ, ਉਹਦੇ ਲਈ ਮੈਂ ਆਪਣੇ ਵੱਲੋਂ ਅਤੇ ਪੂਰੀ ਐਜੂਸੈਟ ਸੁਸਾਇਟੀ ਵੱਲੋਂ ਸਾਰੇ ਅਧਿਆਪਕਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਅਤੇ ਵਿਦਿਆਰਥੀਆਂ ਨੂੰ ਵੀ ਇਹ ਪ੍ਰੇਰਣਾ ਮਿਲੇ ਕਿ ਉਹ ਅਧਿਆਪਕਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਸਕਣ। ਬੇਟੇ, ਅੱਜ ਦਾ ਸਾਡਾ ਟੌਪਿਕ ਹੈ ਚੋਣਕਾਰ, ਜਾਂ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਇਲੈਕਟੋਰੇਟਸ। ਬਹੁਤ ਹੀ ਈਜ਼ੀ ਟੌਪਿਕ ਹੈ ਬੇਟੇ ਇਹ। ਈਜ਼ੀ ਮੈਂ ਇਸ ਲਈ ਕਹਿ ਰਹੀ ਹਾਂ ਕਿ ਸਾਡੇ ਆਮ ਜ਼ਿੰਦਗੀ ਦੇ ਨਾਲ, ਆਮ ਗੱਲਬਾਤ ਦੇ ਨਾਲ ਸੰਬੰਧਿਤ ਹੈ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ, ਸਮਝ ਆਉਣਾ ਬਹੁਤ ਸੌਖਾ ਹੈ, ਅਤੇ ਕਾਫੀ ਹੱਦ ਤੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜੋ ਸਾਡਾ ਅੱਜ ਦਾ ਟੌਪਿਕ ਹੈ, ਇਹ ਸਾਡੀ ਚਰਚਾ ਹੈ, ਇੱਕ ਤਰ੍ਹਾਂ ਦੀ ਸਾਡੀ ਬਹਿਸ ਹੈ ਕੁਝ ਕੁ ਟੌਪਿਕਸ ਦੇ ਉੱਤੇ ਕਿ ਕੀ ਹੋਣਾ ਚਾਹੀਦਾ ਹੈ। ਕਈਆਂ ਦੇ ਵਿਚਾਰ ਕੁਝ ਹਨ, ਕਈਆਂ ਦੇ ਵਿਚਾਰ ਕੁਝ ਹਨ, ਸੋ ਇਹ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਅਸੀਂ ਕਿਸ ਨਤੀਜੇ 'ਤੇ ਪਹੁੰਚਦੇ ਹਾਂ। ਬਹੁਤ ਹੀ ਅੱਛੀ ਗੱਲ ਹੈ ਕਿ ਸਾਡਾ ਦੇਸ਼ ਇੱਕ ਲੋਕਤੰਤਰੀ ਦੇਸ਼ ਹੈ। ਪੁਰਾਣੇ ਸਮੇਂ 'ਚ ਬੇਟੇ ਕੀ ਹੈ, ਤੁਸੀਂ ਪਲੱਸ ਵਨ 'ਚ ਪੜ੍ਹਿਆ ਹੋਏਗਾ ਕਿ ਛੋਟੇ ਛੋਟੇ ਨਗਰ ਰਾਜ ਹੋਇਆ ਕਰਦੇ ਸੀ। ਅਰਸਤੂ ਦਾ ਸਮਾਂ ਸੀ, ਯੂਨਾਨ ਦੇ ਛੋਟੇ ਛੋਟੇ ਨਗਰ ਰਾਜ ਸੀ, ਜਨਸੰਖਿਆ 5,000-10,000 ਦੇ ਕਰੀਬ ਹੁੰਦੀ ਸੀ। ਉਹ ਨਗਰਾਂ ਦਾ ਪ੍ਰਬੰਧ ਚਲਾਉਣਾ ਬਹੁਤ ਸੌਖਾ ਸੀ, ਸਾਰੇ ਲੋਕ ਸ਼ਾਸਨ ਦੇ ਕੰਮਾਂ ਵਿੱਚ ਸਿੱਧੇ ਤੌਰ 'ਤੇ ਭਾਗ ਲੈਂਦੇ ਸਨ। ਪਰ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦਾ ਯੁੱਗ ਬੇਟੇ ਅੰਤਰਰਾਸ਼ਟਰਵਾਦ ਦਾ ਯੁੱਗ ਹੈ, ਬਹੁਤ ਵੱਡੇ ਵੱਡੇ ਰਾਜਾਂ ਦਾ, ਰਾਸ਼ਟਰ ਰਾਜਾਂ ਦਾ ਯੁੱਗ ਹੈ। ਜੇ ਅਸੀਂ ਅੱਜ ਸੋਚੀਏ ਕਿ ਅਸੀਂ ਸਾਰੇ ਹੀ ਲੋਕ ਸ਼ਾਸਨ ਪ੍ਰਬੰਧ ਦੇ ਵਿੱਚ ਡਾਇਰੈਕਟਲੀ ਸਿੱਧੇ ਤੌਰ ਦੇ ਉੱਤੇ ਭਾਗ ਲੈ ਸਕਦੇ ਹਾਂ, ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਸਿੱਧੇ ਤੌਰ 'ਤੇ ਭਾਗ ਲੈ ਸਕਦੇ ਹਾਂ, ਤਾਂ ਬੇਟੇ ਅਜਿਹਾ ਕਰਨਾ ਕਦੇ ਵੀ ਸੰਭਵ ਨਹੀਂ ਹੋ ਸਕਦਾ। ਤੁਸੀਂ ਦੇਸ਼ ਦੀ ਗੱਲ ਛੱਡੋ, ਆਪਣੇ ਸ਼ਹਿਰ ਦੀ ਹੀ ਜੇ ਆਪਾਂ ਗੱਲ ਕਰ ਲਈਏ ਕਿ ਇੱਕ ਕੋਈ ਐਸੀ ਜਗ੍ਹਾ ਹੋਵੇ ਜਿੱਥੇ ਅਸੀਂ ਇੱਕ ਸ਼ਹਿਰ ਦੇ ਸਾਰੇ ਜ਼ਿਲ੍ਹੇ ਦੇ ਨਿਵਾਸੀ ਇਕੱਠੇ ਹੋ ਕੇ ਸ਼ਾਸਨ ਪ੍ਰਬੰਧ ਨੂੰ ਦੇਖ ਸਕੀਏ, ਤਾਂ ਸ਼ਾਇਦ ਅਜਿਹਾ ਕਰਨਾ ਵੀ ਸੰਭਵ ਨਹੀਂ ਹੋਵੇਗਾ। ਕਿਉਂਕਿ ਅਸੀਂ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹਾਂ, ਲੋਕਤੰਤਰ ਅਸੀਂ ਜ਼ਰੂਰ ਚਲਾਉਣਾ ਹੈ। ਇਸ ਲਈ ਲੋਕਤੰਤਰ ਨੂੰ ਚਲਾਉਣ ਦੇ ਲਈ ਅਸੀਂ ਕਿਸ ਦਾ ਸਹਾਰਾ ਲਿਆ? ਅਸੀਂ ਪ੍ਰਤੀਨਿਧੀ ਪ੍ਰਣਾਲੀ ਦਾ ਸਹਾਰਾ ਲਿਆ। ਪ੍ਰਤੀਨਿਧੀ ਪ੍ਰਣਾਲੀ ਤੋਂ ਭਾਵ ਹੈ ਕਿ ਅਜਿਹੀ ਪ੍ਰਣਾਲੀ ਜਿਹਦੇ ਵਿੱਚ ਲੋਕ ਆਪਣੇ ਪ੍ਰਤੀਨਿਧੀ ਚੁਣਦੇ ਹਨ, ਆਪਣੇ ਨੁਮਾਇੰਦੇ ਚੁਣਦੇ ਹਨ, ਉਹਨਾਂ 'ਤੇ ਯਕੀਨ ਕਰਦੇ ਹਨ, ਉਹਨਾਂ ਨੂੰ ਬੜੇ ਵਿਸ਼ਵਾਸ ਨਾਲ ਇਸ ਕਰਕੇ ਚੁਣਿਆ ਜਾਂਦਾ ਹੈ ਕਿ ਉਹ ਸਾਡੇ ਲਈ ਕਾਨੂੰਨ ਬਣਾਉਣ ਅਤੇ ਉਹ ਸਾਡੇ ਉੱਤੇ ਸ਼ਾਸਨ ਕਰਨ, ਪਰ ਸਾਡੀ ਇੱਛਾਵਾਂ ਦਾ ਧਿਆਨ ਰੱਖਣ। ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪ੍ਰਤੀਨਿਧੀ ਪ੍ਰਣਾਲੀ ਦੇ ਰਾਹੀਂ ਸਾਰੀ ਜਨਤਾ ਦਾ ਸ਼ਾਸਨ ਵਿੱਚ ਭਾਗ ਲੈਣਾ ਸੰਭਵ ਹੋ ਸਕਦਾ ਹੈ। ਅਗਲੀ ਗੱਲ ਕਿ ਅੱਜ ਦਾ ਜੋ ਸਾਡਾ ਟੌਪਿਕ ਹੈ ਇਲੈਕਟੋਰੇਟ, ਉਹਦੇ ਵਿੱਚ ਬੱਚੇ ਕੁਛ ਇੱਕ ਇੰਪੋਰਟੈਂਟ ਗੱਲਾਂ ਨੇ, ਛੋਟੀਆਂ ਛੋਟੀਆਂ, ਇੱਕ ਨੰਬਰ ਦੇ ਪ੍ਰਸ਼ਨ ਦੇ ਵਿੱਚ ਵੀ ਤੁਹਾਨੂੰ ਆ ਜਾਂਦੀਆਂ ਨੇ। ਜਿਵੇਂ ਕਿ ਜਦੋਂ ਅਸੀਂ ਭਾਰਤ ਦੀ ਗੱਲ ਕਰੀਏ ਜਾਂ ਕਿਸੇ ਵੀ ਲੋਕਤੰਤਰੀ ਦੇਸ਼ ਦੀ ਗੱਲ ਕਰੀਏ, ਜਿੱਥੇ ਚੋਣਾਂ ਕਰਵਾਈਆਂ ਜਾਣੀਆਂ ਹੋਣ ਤਾਂ ਦੇਸ਼ ਨੂੰ ਚੋਣ ਖੇਤਰਾਂ ਦੇ ਵਿੱਚ ਵੰਡ ਲਿਆ ਜਾਂਦਾ ਹੈ। ਚੋਣ ਖੇਤਰਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਬੇਟੇ ਕੌਨਸਟੀਚੁਐਂਸੀਸ ਕਹਿੰਦੇ ਆ। ਤੁਸੀਂ ਬੜੀ ਵਾਰੀ ਸੁਣਿਆ ਹੋਣਾ, ਫਲਾਣਾ ਫਲਾਣੀ ਉਸ ਕੌਨਸਟੀਚੁਐਂਸੀ ਤੋਂ ਖੜ੍ਹਾ ਹੈ, ਕੋਈ ਫਿਰੋਜ਼ਪੁਰ ਦੀ ਕੌਨਸਟੀਚੁਐਂਸੀ 'ਚੋਂ ਖੜ੍ਹਾ ਹੈ। ਕੌਨਸਟੀਚੁਐਂਸੀਸ ਭਾਵ ਚੋਣ ਖੇਤਰਾਂ ਦੀ ਵੰਡ, ਚੋਣ ਖੇਤਰ ਕਿ ਜਿੱਥੇ ਚੋਣ ਹੋਣੀ ਹੋਵੇ। ਦੂਸਰੀ ਗੱਲ ਕਿ ਜਿਹੜਾ ਵਿਅਕਤੀ ਚੋਣ ਲੜਨ ਨਾ ਚਾਹੇ, ਕਿਉਂਕਿ ਸਾਰੇ ਤਾਂ ਚੋਣਾਂ 'ਚ ਭਾਗ ਨਹੀਂ ਲੈਂਦੇ, ਵੋਟ ਪ੍ਰਕਿਰਿਆ ਵਿੱਚ ਭਾਗ ਲੈਂਦੇ ਹਨ, ਪਰ ਜੋ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ਉਸਨੂੰ ਉਮੀਦਵਾਰ ਕਿਹਾ ਜਾਂਦਾ ਹੈ, ਕੈਂਡੀਡੇਟ ਕਿਹਾ ਜਾਂਦਾ ਹੈ। ਪਰ ਤੁਹਾਨੂੰ ਪਤਾ ਹੈ ਕਿ ਚੋਣ ਲੜਨ ਦੇ ਲਈ ਦੋ ਉਮੀਦਵਾਰ ਖੜ੍ਹੇ ਹੋ ਸਕਦੇ, ਤਿੰਨ, ਚਾਰ, ਕਿੰਨੇ ਵੀ ਖੜ੍ਹੇ ਹੋ ਸਕਦੇ ਆ, ਪਰ ਜਿੱਤਣ ਵਾਲਾ ਸਿਰਫ ਇੱਕ ਹੀ ਹੁੰਦਾ ਹੈ, ਜਿਸ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ। ਸੋ ਚੋਣ ਜਿੱਤਣ ਵਾਲੇ ਨੂੰ ਪ੍ਰਤੀਨਿਧੀ ਕਿਹਾ ਜਾਂਦਾ ਹੈ, ਰੈਪ੍ਰੀਜੈਂਟੇਟਿਵ ਕਿਹਾ ਜਾਂਦਾ ਹੈ, ਨੁਮਾਇੰਦਾ ਕਿਹਾ ਜਾਂਦਾ ਹੈ, ਜੋ ਵੋਟਾਂ ਦੀ ਸ਼ਕਤੀ ਦੇ ਨਾਲ ਜਿੱਤ ਕੇ ਸਾਡੇ ਸਾਹਮਣੇ ਆਉਂਦਾ ਹੈ। ਇਸੇ ਤਰੀਕੇ ਦੇ ਨਾਲ ਉਹ ਪਰਚੀ ਜਿਸ ਦੇ ਰਾਹੀਂ ਵੋਟ ਪਾਈ ਜਾਂਦੀ ਹੈ, ਤੁਹਾਨੂੰ ਪਤਾ ਹੈ ਕਿ ਇੱਕ ਵੋਟ ਪਰਚੀ ਮਿਲਦੀ ਹੈ, ਸ਼ਾਇਦ ਤੁਹਾਡੇ 'ਚੋਂ ਕੋਈ ਬੱਚਾ 18 ਸਾਲ ਦਾ ਹੋ ਕੇ ਵੋਟ ਪਾਈ ਵੀ ਹੋਵੇ, ਤਾਂ ਉਸ ਪਰਚੀ ਜਿਹਦੇ ਰਾਹੀਂ ਅਸੀਂ ਵੋਟ ਪਾਉਂਦੇ ਹਾਂ ਉਸਨੂੰ ਵੋਟ ਪਰਚੀ ਜਾਂ ਬੈਲਟ ਪੇਪਰ ਕਿਹਾ ਜਾਂਦਾ ਹੈ। ਅਤੇ ਸਭ ਤੋਂ ਵੱਡੀ ਗੱਲ, ਸਭ ਤੋਂ ਇੰਪੋਰਟੈਂਟ, ਕਿ ਉਹ ਅਧਿਕਾਰ ਜਿਸ ਰਾਹੀਂ ਵੋਟ ਪਾਈ ਜਾਂਦੀ ਹੈ, ਸਾਨੂੰ ਰਾਈਟ ਹੈ, ਹਰੇਕ ਬੰਦਾ ਨਹੀਂ ਵੋਟ ਪਾ ਸਕਦਾ, ਉਹਦੇ ਲਈ ਇੱਕ ਨਿਸ਼ਚਿਤ ਉਮਰ ਹੈ, ਕੁਝ ਇੱਕ ਸ਼ਰਤਾਂ ਨੇ। ਉਹ ਅਧਿਕਾਰ ਜਿਸ ਰਾਹੀਂ ਅਸੀਂ ਵੋਟ ਪਾਉਂਦੇ ਹਾਂ ਉਸਨੂੰ ਬੇਟੇ ਮਤ ਅਧਿਕਾਰ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਉਸਨੂੰ? ਮਤ ਅਧਿਕਾਰ ਕਿਹਾ ਜਾਂਦਾ ਹੈ।
ਸੋ ਇੱਕ ਛੋਟੇ ਜਿਹੇ ਕੁਐਸਚਨਸ ਨੇ, ਛੋਟੀ ਛੋਟੀਆਂ ਗੱਲਾਂ ਨੇ, ਇਹ ਤੁਸੀਂ ਯਾਦ ਰੱਖ ਲੈਣੀਆਂ ਹੈ। ਹੋ ਸਕਦਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਛੋਟੀ ਜਿਹੀ ਗੱਲ ਇਹ ਪੁੱਛ ਵੀ ਲਈ ਜਾਵੇ। ਉਸ ਤੋਂ ਅਗਲੀ ਗੱਲ ਹੈ ਕਿ ਜਦੋਂ ਆਪਾਂ ਚੋਣਾਂ ਦੀ ਗੱਲ ਕਰ ਰਹੇ ਹਾਂ, ਚੋਣ ਕਾਰ ਦੀ ਗੱਲ ਕਰ ਰਹੇ ਹਾਂ, ਅੱਜ ਆਪਣੇ ਦੇਸ਼ ਦੀ ਚੋਣ ਪ੍ਰਣਾਲੀ ਦੇ ਨਾਲ ਸੰਬੰਧਿਤ ਗੱਲ ਕਰ ਰਹੇ ਹਾਂ, ਤਾਂ ਇਹ ਸ਼ਾਇਦ ਤੁਹਾਡੇ ਦਿਮਾਗ 'ਚ ਵੀ ਆਏਗਾ ਕਿ ਚੋਣਾਂ ਹੋਣੀਆਂ ਕਿਉਂ ਜ਼ਰੂਰੀ ਹਨ। ਸਿੰਪਲ ਗੱਲ ਹੈ, ਆਪਾਂ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹਾਂ, ਲੋਕਤੰਤਰੀ ਦੇਸ਼। ਐਬਰਾਹਿਮ ਲਿੰਕਨ ਨੇ ਕਿਹਾ ਸੀ, ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਰਾਹੀਂ ਚੁਣਿਆ ਹੋਇਆ ਸ਼ਾਸਨ ਹੈ। ਠੀਕ ਹੈ, ਲੋਕ ਚੁਣਦੇ ਹਨ, ਲੋਕਾਂ ਲਈ ਚੁਣਿਆ ਜਾਂਦਾ ਹੈ, ਆਪਣੇ ਉੱਤੇ ਸ਼ਾਸਨ ਕਰਨ ਦਾ ਅਧਿਕਾਰ ਆਪਣੇ ਹੀ ਨੁਮਾਇੰਦਿਆਂ ਨੂੰ ਦਿੱਤਾ ਜਾਂਦਾ ਹੈ। ਤਾਂ ਇਹ ਚੁਣਨ ਦਾ ਅਧਿਕਾਰ ਜਿਹੜਾ ਹੈ ਬੇਟੇ, ਸਿੱਧਾ ਕਿਹਦੇ ਨਾਲ ਸੰਬੰਧਿਤ ਹੈ? ਚੋਣਾਂ ਦੇ ਨਾਲ ਸੰਬੰਧਿਤ ਹਨ। ਸੋ ਚੋਣਾਂ ਹੋਣੀਆਂ ਕਿਉਂ ਜ਼ਰੂਰੀ ਹਨ, ਕਿਉਂ ਜ਼ਰੂਰੀ ਹੈ? ਹੁਣ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦੇ ਕੇ ਇਸ ਨੂੰ ਐਕਸਪਲੇਨ ਕਰਦੀ ਹਾਂ ਕਿ ਚੋਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਕਿ ਚੋਣਾਂ ਰਾਹੀਂ ਜਨਤਾ ਦੀ ਇੱਛਾ ਦਾ ਪ੍ਰਗਟਾਵਾ ਹੁੰਦਾ ਹੈ। ਜਨਤਾ ਕੀ ਚਾਹੁੰਦੀ ਹੈ, ਜਨਤਾ ਦੇ ਕੀ ਵਿਚਾਰ ਹਨ, ਜਨਤਾ ਕਿਸ ਨੂੰ ਪਸੰਦ ਕਰਦੀ ਹੈ, ਕੀ ਜਨਤਾ ਸ਼ਾਸਨ ਤੋਂ, ਵਰਤਮਾਨ ਸ਼ਾਸਨ ਤੋਂ ਖੁਸ਼ ਹੈ ਜਾਂ ਦੁਖੀ ਹੈ, ਇਹਦਾ ਸਹੀ ਜਾਇਜ਼ਾ ਕਿੱਥੋਂ ਲੱਗ ਸਕਦਾ ਹੈ? ਸਿਰਫ ਚੋਣਾਂ 'ਚੋਂ ਲੱਗ ਸਕਦਾ ਹੈ। ਦੇਖੋ, ਪੰਜਾਬ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ। ਇਸ ਵਾਰੀ ਪੰਜਾਬ ਦੀਆਂ ਚੋਣਾਂ ਦੇ ਵਿੱਚ ਆਮ ਤੌਰ ਦੇ ਉੱਤੇ ਲੱਗ ਰਿਹਾ ਸੀਗਾ ਕਿ ਹਮੇਸ਼ਾ ਆਲਟਰਨੇਟ ਗਵਰਨਮੈਂਟ ਆਉਂਦੀ ਹੈ, ਬਦਲਵੀਂ ਸਰਕਾਰ ਆਉਂਦੀ ਹੈ, ਕਾਂਗਰਸ ਦਾ ਰਾਜ ਆਏਗਾ। ਪਰ ਚੋਣਾਂ ਨੇ ਇਹ ਸਾਬਤ ਕਰ ਦਿੱਤਾ, ਜਨਤਾ ਦੀ ਇੱਛਾ ਨੂੰ ਪ੍ਰਗਟਾ ਦਿੱਤਾ ਕਿ ਨਹੀਂ, ਲੋਕ ਇੱਕ ਵਾਰੀ ਫਿਰ ਅਕਾਲੀ ਦਲ ਦੀ ਹੀ ਸਰਕਾਰ ਪੰਜਾਬ ਵਿੱਚ ਚਾਹੁੰਦੇ ਹਨ। ਇੱਥੇ ਹੀ ਬਸ ਨਹੀਂ, ਚੋਣਾਂ ਦੇ ਨਾਲ ਸਰਕਾਰ ਦੇ ਕਾਰਜਾਂ ਅਤੇ ਸ਼ਾਸਨ ਪ੍ਰਬੰਧ ਦਾ ਸਹੀ ਜਾਇਜ਼ਾ ਲਗਾਇਆ ਜਾ ਸਕਦਾ ਹੈ। ਜਦੋਂ ਬੱਚੇ ਸਰਕਾਰ ਕੰਮ ਕਰਦੀ ਹੈ, ਕਈ ਲੋਕ ਉਸ ਕੰਮ ਤੋਂ ਖੁਸ਼ ਹੁੰਦੇ ਹਨ, ਕਈ ਲੋਕ ਉਸ ਕੰਮ ਤੋਂ ਦੁਖੀ ਹੁੰਦੇ ਹਨ, ਕਈਆਂ ਨੂੰ ਲੱਗਦਾ ਹੈ ਕਿ ਸ਼ਾਸਨ ਬਿਲਕੁਲ ਠੀਕ ਤਰੀਕੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ। ਤਾਂ ਕੀ ਲੋਕ ਸਰਕਾਰ ਦੇ ਕਾਰਜਾਂ ਨੂੰ ਸਹੀ ਠਹਿਰਾ ਰਹੇ ਹਨ ਜਾਂ ਨਹੀਂ ਠਹਿਰਾ ਰਹੇ? ਸਰਕਾਰ ਲਈ ਵੀ ਇਸ ਦਾ ਜਾਇਜ਼ਾ ਲਗਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਚੋਣਾਂ ਦੇ ਵਿੱਚ ਕੀ ਲੋਕ, ਕੀ ਜਨਤਾ ਉਹਨਾਂ ਦੇ ਨਾਲ ਖੜੀ ਹੈ ਜਾਂ ਉਹਨਾਂ ਦੇ ਅਗੇਂਸਟ ਖੜੀ ਹੈ। ਬਹੁਤ ਜ਼ਿਆਦਾ ਸਾਰੀਆਂ ਰਾਜਨੀਤਿਕ ਦਲ, ਸਾਰੇ ਰਾਜਨੀਤਿਕ ਦਲ ਚੋਣਾਂ ਦੀ ਉਡੀਕ ਕਰਦੇ ਹਨ, ਕਿਉਂਕਿ ਇੱਕ ਚੋਣਾਂ ਹੀ ਅਜਿਹਾ ਸਾਡੇ ਕੋਲ ਲੋਕਤੰਤਰ ਵਿੱਚ ਤਰੀਕਾ ਹੈ ਜਿਸ ਦੇ ਰਾਹੀਂ ਕਿ ਸਰਕਾਰ ਦੇ ਖਿਲਾਫ ਪ੍ਰਤੀਕਿਰਿਆ, ਸਰਕਾਰ ਦੇ ਹੱਕ ਦੇ ਵਿੱਚ, ਸਰਕਾਰ ਦੇ ਨਿਰਣੇ ਕਿਵੇਂ ਨੇ ਲਏ ਨੇ, ਸਰਕਾਰ ਕਿਵੇਂ ਦੇ ਕੰਮ ਕਰਦੀ ਰਹੀ ਹੈ, ਕੀ ਲੋਕ ਸਰਕਾਰ ਤੋਂ ਸੰਤੁਸ਼ਟ ਨੇ, ਕੀ ਲੋਕ ਸਰਕਾਰ ਤੋਂ ਅਸੰਤੁਸ਼ਟ ਨੇ, ਕੀ ਲੋਕਾਂ ਦੇ ਉੱਤੇ ਸਰਕਾਰ ਦੇ ਕੀਤੇ ਕੰਮਾਂ ਦਾ ਬੁਰਾ ਪ੍ਰਭਾਵ ਤਾਂ ਨਹੀਂ ਪਿਆ, ਸਰਕਾਰ ਆਪਣੇ ਕੰਮਾਂ ਨੂੰ ਕਰਨ ਦੇ ਵਿੱਚ ਕਿਸ ਹੱਦ ਤੱਕ ਸਫਲ ਹੋਈ ਹੈ ਜਾਂ ਅਸਫਲ ਹੋਈ ਹੈ। ਸਾਰੀਆਂ ਗੱਲਾਂ ਦਾ ਜਵਾਬ ਸਾਨੂੰ ਚੋਣਾਂ ਦੇ ਦਿਨਾਂ ਦੇ ਵਿੱਚ ਚੋਣ ਦੇ ਰੂਪ ਵਿੱਚ ਦਿਸ ਜਾਂਦਾ ਹੈ। ਹੁਣ ਤੁਸੀਂ ਦੇਖਿਆ ਹੈ, ਅਸੀਂ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਹਾਂ, ਸਾਡੇ ਦੇਸ਼ ਵਿੱਚ ਇਸ ਵੇਲੇ ਕੇਂਦਰ ਦੇ ਵਿੱਚ ਬਹੁਤ ਵੱਡਾ ਕੋਲਾ ਘੁਟਾਲੇ ਦਾ ਇੱਕ ਬਹੁਤ ਰੌਲਾ ਚੱਲਿਆ ਹੋਇਆ ਹੈ, ਚੱਲ ਰਿਹਾ ਹੈ ਬੇਟੇ, ਰੀਸੈਂਟ ਜੋ ਸਾਡੇ ਕੋਲ ਹੈ। ਦੂਸਰੀ ਗੱਲ, ਸਾਡੇ ਕੋਲ ਅੰਨਾ ਹਜ਼ਾਰੇ ਦੀ ਬਹੁਤ ਵੱਡੀ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ ਮੂਵਮੈਂਟ ਚੱਲ ਰਹੀ ਹੈ। ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਚੋਣਾਂ ਲੜਾਂਗੇ, ਚੋਣਾਂ ਲੜ ਕੇ ਸਾਬਤ ਕਰਾਂਗੇ ਕਿ ਭਾਰਤ ਦੀ ਜਨਤਾ ਸਾਡੇ ਨਾਲ ਹੈ ਜਾਂ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਦੀ ਜੋ ਸਰਕਾਰ ਹੈ, ਕੀ ਉਹ ਗਲਤ ਹਨ ਜਾਂ ਉਹ ਠੀਕ ਹਨ, ਕੀ ਲੋਕ ਫਿਰ ਉਸੇ ਸਰਕਾਰ ਨੂੰ ਚਾਹੁਣਗੇ, ਕੀ ਲੋਕਾਂ ਨੂੰ ਉਸ ਸਰਕਾਰ 'ਤੇ ਵਿਸ਼ਵਾਸ ਹੈ ਜਾਂ ਨਹੀਂ ਹੈ, ਹਰੇਕ ਗੱਲ ਦਾ ਜਵਾਬ ਉਦੋਂ ਸਾਨੂੰ ਮਿਲੇਗਾ ਜਦੋਂ ਉਸ ਭਾਰਤ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਭਾਰਤ ਦੀ ਜਨਤਾ ਸਰਕਾਰ ਨੂੰ ਕਿਸ ਕਸਵੱਟੀ ਦੇ ਉੱਤੇ, ਕਿੱਥੇ ਜਾ ਕੇ ਉਸਨੂੰ ਛੱਡੇਗੀ, ਕਿੱਥੇ ਜਾ ਕੇ ਉਸਨੂੰ ਪਰਖੇਗੀ, ਇਸ ਦਾ ਅੰਦਾਜ਼ਾ ਸਿਰਫ਼ ਔਰ ਸਿਰਫ਼ ਅਸੀਂ ਚੋਣਾਂ ਦੇ ਰਾਹੀਂ ਹੀ ਲਗਾ ਸਕਦੇ ਹਾਂ। ਇਸੇ ਕਰਕੇ ਸਾਡੇ ਇੱਕ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਜੀ ਦਾ ਬਿਆਨ ਵੀ ਸੀ ਕਿ ਆਉਣ ਵਾਲੀਆਂ ਚੋਣਾਂ ਹੀ ਇਸ ਗੱਲ ਦਾ ਨਿਰੀਖਣ ਕਰਨਗੀਆਂ, ਫੈਸਲਾ ਕਰਨਗੀਆਂ ਕਿ ਸਰਕਾਰ ਕਿਸ ਹੱਦ ਤੱਕ ਸਹੀ ਹੈ ਜਾਂ ਕਿਸ ਹੱਦ ਤੱਕ ਗਲਤ ਹੈ। ਸੋ ਬਹੁਤ ਜ਼ਰੂਰੀ ਹੈ, ਲੋਕਤੰਤਰ ਦੇ ਵਿੱਚ ਚੋਣਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਲੀ ਗੱਲ, ਜਦੋਂ ਆਪਾਂ ਚੋਣਾਂ ਦੀ ਗੱਲ ਕਰਦੇ ਹਾਂ ਬੇਟੇ, ਤਾਂ ਸਾਡੇ ਕੋਲ ਇੱਕ ਟੌਪਿਕ ਆ ਜਾਂਦਾ ਹੈ ਕਿ ਚੁਣਨ ਦਾ ਅਧਿਕਾਰ। ਚੁਣਨ ਦਾ ਅਧਿਕਾਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀ ਹਾਂ ਕਿ ਮਤ ਅਧਿਕਾਰ, ਕਿ ਮਤ ਅਧਿਕਾਰ ਕਿਸ ਨੂੰ ਦੇਣਾ ਚਾਹੀਦਾ ਹੈ। ਦੇਖੋ, ਭਾਰਤ ਇੰਨਾ ਵੱਡਾ ਦੇਸ਼ ਹੈ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਸਭ ਤੋਂ ਜ਼ਿਆਦਾ ਆਬਾਦੀ ਹੈ, ਕੀ ਸਾਰਿਆਂ ਨੂੰ ਹੀ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ? ਕੁਝ ਕੁ ਵਿਅਕਤੀਆਂ ਨੂੰ ਦਿੱਤਾ ਜਾਵੇ, ਸੰਪੱਤੀ ਵਾਲਿਆਂ ਨੂੰ ਦਿੱਤਾ ਜਾਵੇ, ਗਰੀਬਾਂ ਨੂੰ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ, ਇਸਤਰੀਆਂ ਨੂੰ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ,
ਕਿਸ ਨੂੰ ਦਿੱਤਾ ਜਾਵੇ, ਕੀ ਪੜ੍ਹੇ ਲਿਖਿਆਂ ਨੂੰ ਦਿੱਤਾ ਜਾਵੇ। ਕਈ ਸਾਡੇ ਸਾਹਮਣੇ ਪ੍ਰਸ਼ਨ ਨੇ, ਵੱਖ ਵੱਖ ਵਿਦਵਾਨਾਂ ਦੇ ਬੇਟੇ ਇਹਦੇ ਸੰਬੰਧੀ ਵੱਖ ਵੱਖ ਵਿਚਾਰ ਹਨ। ਸੋ ਇਹ ਸਾਡਾ ਅੱਜ ਡਿਸਕਸ਼ਨ ਦਾ ਵਿਸ਼ਾ ਹੈ ਕਿ ਮੱਤ ਅਧਿਕਾਰ ਜੇ ਦੇਣਾ ਹੈ ਤਾਂ ਅਸੀਂ ਕਿਸ ਨੂੰ ਦੇਣਾ ਹੈ, ਇਹ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲੀ ਗੱਲ, ਬਾਲਗ ਮੱਤ ਅਧਿਕਾਰ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਵੈਰੀ ਈਜ਼ੀ ਕੁਐਸਚਨ ਬਟ ਵੈਰੀ ਇੰਪੋਰਟੈਂਟ ਕੁਐਸਚਨ। ਬਾਲਗ ਮੱਤ ਅਧਿਕਾਰ ਐਡਲਟ ਫਰੈਂਚਾਈਜ਼, ਬੇਟੇ ਬਾਲਗ ਮੱਤ ਅਧਿਕਾਰ ਸੀ ਆਮ ਤੌਰ ਦੇ ਉੱਤੇ ਤੁਸੀਂ ਕਹਿ ਦਿੰਦੇ ਹੋ ਕਿ ਬਾਲਗ ਮੱਤ ਅਧਿਕਾਰ ਕੀ ਹੈ, ਤਾਂ ਆਮ ਕਰਕੇ ਬੱਚਿਆਂ ਦਾ ਜਵਾਬ ਹੁੰਦਾ ਹੈ ਕਿ 18 ਸਾਲ ਦੇ ਵਿਅਕਤੀ ਨੂੰ ਜਦੋਂ ਵੋਟ ਦਾ ਅਧਿਕਾਰ ਹੋਵੇ ਤਾਂ ਉਹ ਬਾਲਗ ਮੱਤ ਅਧਿਕਾਰ ਹੈ। ਥੋੜ੍ਹੀ ਜਿਹੀ ਇਹਦੇ ਵਿੱਚ ਤੁਸੀਂ ਸੋਧ ਕਰਨੀ ਹੈ। 18 ਸਾਲ ਬੋਲਣ ਤੋਂ ਪਹਿਲਾਂ ਤੁਸੀਂ ਇੱਕ ਦੋ ਵਰਡਿੰਗ ਬਿਲਕੁਲ ਕਲੀਅਰ ਨੋਟ ਕਰੋ ਕਿ ਇੱਕ ਨਿਸ਼ਚਿਤ ਉਮਰ 'ਤੇ ਪਹੁੰਚਣ 'ਤੇ, 18 ਸਾਲ ਆਪਾਂ ਨੇ ਪਹਿਲਾਂ ਨਹੀਂ ਦੇਣਾ, ਕੀ ਕਹਿਣਾ ਹੈ ਕਿ ਇੱਕ ਨਿਸ਼ਚਿਤ ਉਮਰ 'ਤੇ ਪਹੁੰਚਣ ਵਾਲੇ ਹਰੇਕ ਪੁਰਖ ਅਤੇ ਹਰੇਕ ਇਸਤਰੀ ਨੂੰ ਜਦੋਂ ਬਿਨਾਂ ਕਿਸੇ ਭੇਦਭਾਵ ਦੇ, ਨਾ ਉਸਦਾ ਧਰਮ ਦੇਖਿਆ ਜਾਵੇ, ਨਾ ਜਾਤ ਦੇਖੀ ਜਾਵੇ, ਨਾ ਲਿੰਗ ਦੇਖਿਆ ਜਾਵੇ, ਨਾ ਧਨ ਦੇਖਿਆ ਜਾਵੇ, ਨਾ ਉਸਦੀ ਵਿੱਦਿਅਕ ਯੋਗਤਾ, ਕੁਛ ਵੀ ਨਹੀਂ ਦੇਖਣਾ, ਬਿਨਾਂ ਕਿਸੇ ਭੇਦਭਾਵ ਦੇ ਜਦੋਂ ਇੱਕ ਨਿਸ਼ਚਿਤ ਉਮਰ 'ਤੇ ਜਿਹੜਾ ਵਿਅਕਤੀ ਉਸ ਨਿਸ਼ਚਿਤ ਉਮਰ 'ਤੇ ਪਹੁੰਚ ਗਿਆ ਉਸਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਜਾਵੇ ਤਾਂ ਬੱਚੇ ਉਸਨੂੰ ਬਾਲਗ ਵੋਟ ਅਧਿਕਾਰ ਕਿਹਾ ਜਾਂਦਾ ਹੈ। ਇੰਨੀ ਗੱਲ ਦੱਸਣ ਤੋਂ ਬਾਅਦ ਫਿਰ ਤੁਸੀਂ ਦੱਸਣਾ ਹੈ ਕਿ ਭਾਰਤ ਦੇ ਵਿੱਚ, ਅਮਰੀਕਾ ਦੇ ਵਿੱਚ, ਇੰਗਲੈਂਡ ਅਤੇ ਰੂਸ, ਸਾਡੇ ਇਹਨਾਂ ਦੇਸ਼ਾਂ ਨੇ ਕਿੰਨੀ ਉਮਰ ਨਿਸ਼ਚਿਤ ਕੀਤੀ ਹੈ? 18 ਸਾਲ। ਤੁਹਾਨੂੰ ਪਤਾ ਹੈ ਕਿ ਪਹਿਲਾਂ ਭਾਰਤ ਵਿੱਚ ਵੀ 21 ਸਾਲ ਸੀ, ਪਰ ਹੁਣ ਉਮਰ ਦੀ ਸੀਮਾ ਕਿੰਨੀ ਨਿਸ਼ਚਿਤ ਕੀਤੀ ਗਈ ਹੈ? 18 ਸਾਲ। ਸਵਿਟਜ਼ਰਲੈਂਡ, ਜੋ ਕਿ ਸਾਡੀ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਘਰ ਹੈ, ਉੱਥੇ ਇਹ ਉਮਰ 20 ਸਾਲ ਨਿਸ਼ਚਿਤ ਕੀਤੀ ਗਈ ਹੈ। ਨਾਰਵੇ ਦੇ ਵਿੱਚ ਇਹ ਉਮਰ 23 ਸਾਲ ਨਿਸ਼ਚਿਤ ਕੀਤੀ ਗਈ ਹੈ। ਸੋ ਇਹ ਹੋ ਸਕਦਾ ਹੈ ਕਿ ਹਰੇਕ ਲੋਕਤੰਤਰੀ ਦੇਸ਼ ਦੇ ਵਿੱਚ ਜੋ ਉਮਰ ਦੀ ਸੀਮਾ ਹੈ ਉਹ ਅਲੱਗ ਅਲੱਗ ਵੀ ਨਿਸ਼ਚਿਤ ਕੀਤੀ ਜਾਵੇ। ਇਸ ਤੋਂ ਇਲਾਵਾ ਆਪਾਂ ਨੂੰ ਪਤਾ ਹੈ ਕਿ ਨਾਬਾਲਗ, ਨਾਬਾਲਗ ਭਾਵ ਜਿਹੜਾ ਹਜੇ ਉਸ ਉਮਰ ਤੱਕ ਨਹੀਂ ਪਹੁੰਚਿਆ, ਵਿਦੇਸ਼ੀ ਨੂੰ, ਪਾਗਲਾਂ ਨੂੰ ਅਤੇ ਅਪਰਾਧੀਆਂ ਨੂੰ ਅਸੀਂ ਇਹ ਵੋਟ ਦਾ ਅਧਿਕਾਰ ਨਹੀਂ ਦਿੰਦੇ, ਉਹਨਾਂ ਨੂੰ ਅਸੀਂ ਬਾਲਗ ਮੱਤ ਅਧਿਕਾਰ ਦੇ ਵਿੱਚ ਸ਼ਾਮਲ ਨਹੀਂ ਕਰਦੇ। ਹੁਣ ਸਾਡੇ ਕੋਲ ਚਰਚਾ ਦਾ ਵਿਸ਼ਾ ਇਹ ਹੈ ਕਿ ਸਾਰੇ ਬਾਲਗਾਂ ਨੂੰ ਵੋਟ ਦਾ ਅਧਿਕਾਰ ਬਰਾਬਰ ਕਿਉਂ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਚਰਚਾ ਵਾਲਾ ਸਬਜੈਕਟ ਹੈ ਸਾਡਾ। ਕੁਝ ਕਹਿੰਦੇ ਨੇ ਕਿ ਸਭ ਨੂੰ ਵੋਟ ਦਾ ਅਧਿਕਾਰ ਦਿਓ ਅਤੇ ਕੁਝ ਦੀ ਇਹ ਰਾਏ ਹੈ ਕਿ ਸਭ ਨੂੰ ਵੋਟ ਦਾ ਅਧਿਕਾਰ ਬਰਾਬਰ ਨਹੀਂ ਹੋਣਾ ਚਾਹੀਦਾ। ਸੋ ਅਸੀਂ ਪਹਿਲਾਂ ਗੱਲ ਕਰਾਂਗੇ ਉਹਨਾਂ ਵਿਦਵਾਨਾਂ ਦੀ, ਉਸ ਵਿਚਾਰਧਾਰਾ ਦੀ, ਜੋ ਇਹ ਕਹਿੰਦੇ ਨੇ ਕਿ ਸਾਰੀ ਜਨਤਾ ਨੂੰ ਬਰਾਬਰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਸੋ ਆਪਣੇ ਪੱਖ ਵਿੱਚ ਕੀ ਦਲੀਲਾਂ ਦਿੰਦੇ ਨੇ? ਪਹਿਲੀ ਦਲੀਲ ਬੇਟੇ ਉਹ ਦੇ ਰਹੇ ਹੈ ਕਿ ਵੋਟ ਪਾਉਣਾ ਇੱਕ ਅਧਿਕਾਰ ਨਹੀਂ, ਸਗੋਂ ਦੇਸ਼ ਪ੍ਰਤੀ ਬਹੁਤ ਵੱਡਾ ਫਰਜ਼ ਹੈ, ਇਸ ਲਈ ਅਧਿਕਾਰ ਕੇਵਲ ਯੋਗ ਅਤੇ ਪੜ੍ਹੇ ਲਿਖੇ ਵਿਅਕਤੀਆਂ ਨੂੰ ਦਿੱਤਾ ਜਾਵੇ। ਆਪਾਂ ਨੂੰ ਵੀ ਇਹ ਪਤਾ ਹੈ, ਜਿਵੇਂ ਅਸੀਂ ਸੋਚ ਲੈਂਦੇ ਹਾਂ ਸਾਡੇ, ਅਸੀਂ ਵੋਟ ਕੋਈ ਬਹੁਤ ਇੰਪੋਰਟੈਂਟ ਨਹੀਂ ਮੰਨਦੇ ਵੋਟ ਨੂੰ, ਖਾਸ ਤੌਰ 'ਤੇ ਭਾਰਤ ਵਿੱਚ ਅਸੀਂ ਬਹੁਤ ਇੰਪੋਰਟੈਂਟ ਨਹੀਂ ਲੈਂਦੇ ਇਸਨੂੰ। ਕੋਈ ਧਰਮ ਦੇਖ ਕੇ ਪਾ ਜਾਂਦਾ, ਕੋਈ ਜਾਤ ਦੇਖ ਕੇ ਪਾ ਜਾਂਦਾ, ਕੋਈ ਪੈਸੇ ਦੇਖ ਕੇ ਪਾ ਜਾਂਦਾ, ਕੋਈ ਅਸੀਂ ਕਹਿ ਸਕਦੇ ਹਾਂ ਸ਼ਰਾਬ ਦੇ ਬਦਲੇ 'ਚ ਵੋਟ ਪਾ ਜਾਂਦਾ, ਹਰੇਕ ਨੂੰ ਇਹ ਲੱਗਦਾ ਚੱਲ ਵੋਟ ਪਾ ਕੇ ਆਉਣੀ ਹੈ, ਕਿਸੇ ਨੂੰ ਵੀ ਪਾਣੀ ਹੈ ਪਾਤੀ। ਪਰ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਵਿਦਵਾਨਾਂ ਦੀ ਰਾਏ ਸਹੀ ਹੈ ਕਿ ਇਹ ਕੋਈ ਅਧਿਕਾਰ ਨਹੀਂ ਹੈ, ਬਲਕਿ ਇਹ ਤਾਂ ਦੇਸ਼ ਦੇ ਪ੍ਰਤੀ ਤੁਹਾਡਾ ਬਹੁਤ ਵੱਡਾ ਫਰਜ਼ ਹੈ। ਜੇ ਇਸ ਫਰਜ਼ ਹੈ ਤਾਂ ਇਸ ਫਰਜ਼ ਨੂੰ ਕੇਵਲ ਪੜ੍ਹੇ ਲਿਖੇ ਅਤੇ ਯੋਗ ਵਿਅਕਤੀ ਹੀ ਸਮਝ ਸਕਦੇ ਹਨ, ਇਸ ਲਈ ਵੋਟ ਦਾ ਅਧਿਕਾਰ ਕੇਵਲ ਉਹਨਾਂ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ। ਦੂਸਰੀ ਗੱਲ ਕਿ ਹਰ ਵਿਅਕਤੀ ਦੇਸ਼ ਦੀਆਂ ਸਮੱਸਿਆਵਾਂ ਨੂੰ, ਦੇਸ਼ ਦੇ ਰਾਜਨੀਤੀ ਨੂੰ, ਰਾਜਨੀਤੀ ਦੇ ਦਾਓ ਪੇਚਾਂ ਨੂੰ, ਅੱਜ ਦੀ ਰਾਜਨੀਤੀ, ਗੁੰਝਲਦਾਰ ਰਾਜਨੀਤੀ ਨੂੰ ਨਹੀਂ ਸਮਝ ਸਕਦੇ। ਅਸੀਂ ਪਿੰਡਾਂ ਵਿੱਚ ਦੇਖਦੇ ਹਾਂ, ਸ਼ਹਿਰਾਂ ਵਿੱਚ ਦੇਖਦੇ ਹਾਂ, ਸਾਡੇ ਨਾਲ ਦੀਆਂ ਲੇਡੀਜ਼ ਨੇ, ਬਹੁਤ ਸਾਰੀਆਂ ਲੇਡੀਜ਼ ਨੇ, ਬਹੁਤ ਸਾਰੇ ਵਰਕਰਸ ਨੇ, ਬਹੁਤ ਸਾਰੇ ਮਜ਼ਦੂਰ ਜਮਾਤ ਹੈ, ਬਹੁਤ ਹੋਰ ਜਮਾਤਾਂ ਨੇ ਜਿਨ੍ਹਾਂ ਦਾ ਕਿ ਦੇਸ਼ ਦੀ ਰਾਜਨੀਤੀ ਦੇ ਨਾਲ ਕੋਈ ਰੁਚੀ ਹੀ ਨਹੀਂ ਹੈ, ਨਾ ਹੀ ਉਹ ਸਮੱਸਿਆ ਨੂੰ ਸਮਝਦੇ ਨੇ, ਨਾ ਹੀ ਰਾਜਨੀਤੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੈ। ਐਸੇ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਸਮਝ ਹੀ ਨਹੀਂ ਹੈ, ਵੋਟ ਦਾ ਅਧਿਕਾਰ ਦੇ ਦੇਣਾ ਇਹ ਤਾਂ ਇੱਕ ਬੱਚੇ ਦੇ ਹੱਥ ਵਿੱਚ ਖਿਡੌਣਾ ਫੜਾਉਣ ਦੇ ਬਰਾਬਰ ਹੋ ਜਾਂਦਾ ਹੈ। ਤੀਸਰੀ ਗੱਲ, ਵਿਦਵਾਨ ਕਹਿੰਦੇ ਹਨ ਕਿ ਜੋ ਵਿਅਕਤੀ ਟੈਕਸ ਦਿੰਦੇ ਹਨ ਕੇਵਲ ਉਹਨਾਂ ਨੂੰ ਸਰਕਾਰ ਚੁਣਨ ਦਾ ਅਧਿਕਾਰ ਹੋਵੇ, ਕਿਉਂਕਿ ਅਸੀਂ ਜੇ ਇੱਕ ਦੇਖੀਏ ਤਾਂ ਇਹ ਸੱਚਾਈ ਵੀ ਹੈ। ਜੋ ਸਰਕਾਰਾਂ ਦੇ ਫੇਰ ਬਦਲ ਦਾ ਅਸਰ ਹੈ ਬੇਟੇ, ਉਹ ਅਮੀਰਾਂ ਉੱਤੇ ਜ਼ਿਆਦਾ ਪੈਂਦਾ ਹੈ, ਗਰੀਬਾਂ 'ਤੇ ਘੱਟ। ਗਰੀਬ ਵਿਅਕਤੀ ਨੇ ਤਾਂ ਆਪਣੀ ਰੋਜ਼ੀ ਰੋਟੀ ਕਮਾਉਣੀ ਹੈ, ਸਰਕਾਰੀ ਮੁਲਾਜ਼ਮ ਨੇ ਉਹਨਾਂ ਨੇ ਆਪਣਾ ਕੰਮ ਕਰਨਾ ਹੈ, ਪਰ ਸਰਕਾਰਾਂ ਦੇ ਬਦਲਣ ਦਾ ਪ੍ਰਭਾਵ ਅਮੀਰਾਂ ਦੇ ਉੱਤੇ, ਉਦਯੋਗਪਤੀਆਂ ਦੇ ਉੱਤੇ, ਸਰਮਾਏਦਾਰਾਂ ਦੇ ਉੱਤੇ ਜ਼ਿਆਦਾ ਪੈਂਦਾ ਹੈ।
ਸੋ ਪੁਰਾਣੇ ਸਮੇਂ 'ਚ ਵਿਚਾਰ ਸੀ ਕਿ ਜੋ ਲੋਕ ਟੈਕਸ ਦਿੰਦੇ ਹਨ, ਜੋ ਸਰਕਾਰ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੇ ਉੱਤੇ ਸਰਕਾਰ ਦਾ ਪ੍ਰਭਾਵ ਹੈ, ਕੇਵਲ ਸਰਕਾਰ ਚੁੜਨ ਦਾ ਅਧਿਕਾਰ ਵੀ ਉਹਨਾਂ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ। ਔਰ ਜਦੋਂ ਆਪਾਂ ਗੱਲ ਕਰੀਏ ਇਸਤਰੀਆਂ ਦੀ, ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀ ਹਾਂ ਕਿ ਇਸਤਰੀਆਂ ਆਮ ਤੌਰ ਦੇ ਉੱਤੇ, ਦੇਖੋ ਹੁਣ ਜੇ ਅਸੀਂ 100% ਤਾਂ ਨਹੀਂ ਕਹਿ ਸਕਦੇ, ਪਰ ਮੇਰੇ ਅਕੋਰਡਿੰਗ ਜੋ ਮੇਰੇ ਆਪਣੇ ਵਿਊਜ਼ ਨੇ, ਹਾਲੇ ਵੀ ਸਾਡੇ ਕੋਲ 60% ਇਸ ਤਰ੍ਹਾਂ ਦੀਆਂ ਲੇਡੀਜ਼ ਹਨ ਜੋ ਕਿ ਆਪਣੀ ਮਰਜ਼ੀ ਦੇ ਨਾਲ ਵੋਟ ਦੀ ਵਰਤੋਂ ਨਹੀਂ ਕਰਦੀਆਂ। ਨਾ ਤਾਂ ਉਹ ਆਪਣੀ ਮਰਜ਼ੀ ਵਰਤਦੀਆਂ ਹਨ, ਨਾ ਹੀ ਆਪਣੀ ਸੂਝਤਾ ਨੂੰ ਦੇਖਦੀਆਂ ਹਨ, ਆਪਣੀ ਸਿਆਣਪ ਵਰਤੀਆਂ ਹਨ, ਉਹ ਕਿਸੇ ਨਾ ਕਿਸੇ ਦੇ ਕਹਿਣ ਦੇ ਉੱਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੀਆਂ ਹਨ ਜਾਂ ਫਿਰ ਨਹੀਂ ਵੀ ਕਰਦੀਆਂ। ਸੋ ਅਜਿਹੇ ਵਿਅਕਤੀ ਜੋ ਕਿ ਵੋਟ ਨੂੰ ਇੱਕ ਆਪਣਾ ਕਰਤੱਵ ਨਹੀਂ ਸਮਝਦੇ, ਜੋ ਕਿ ਇਸ ਨੂੰ ਬਹੁਤ ਸੀਰੀਅਸਲੀ ਨਹੀਂ ਲੈਂਦੇ, ਕੁਝ ਵਿਦਵਾਨ ਕਹਿੰਦੇ ਹਨ ਕਿ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ। ਅਗਲੀ ਗੱਲ, ਜੇ ਆਪਾਂ ਇਸ ਗੱਲ ਨੂੰ ਮੰਨ ਲਈਏ, ਚਲੋ ਅਸੀਂ ਮੰਨ ਵੀ ਲੈਂਦੇ ਹਾਂ, ਪਰ ਇਸ ਦਾ ਨਾਪ ਤੋਲ ਕਰਨਾ ਬੜਾ ਮੁਸ਼ਕਿਲ ਹੈ। ਹੁਣ ਜੋ ਵਿਅਕਤੀ ਕਹਿੰਦੇ ਹਨ ਕਿ ਸਾਰੇ ਬਾਲਗਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇ, ਉਹ ਬੱਚੇ ਕੀ ਆਪਣੇ ਪੱਖ ਵਿੱਚ ਦਲੀਲਾਂ ਦਿੰਦੇ ਹਨ? ਇਹ ਹੈ ਤੁਹਾਡੇ ਬਾਲਗ ਮਤ ਅਧਿਕਾਰ ਦੇ ਪੱਖ ਵਿੱਚ ਦਲੀਲਾਂ। ਪਹਿਲੀ ਦਲੀਲ ਕਿ ਸਾਰੇ ਅਨਪੜ੍ਹ ਵਿਅਕਤੀ ਅਯੋਗ ਨਹੀਂ ਹੁੰਦੇ ਅਤੇ ਨਾ ਹੀ ਸਾਰੇ ਪੜ੍ਹੇ ਲਿਖੇ ਯੋਗ ਹੁੰਦੇ ਹਨ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਈ ਵਾਰੀ ਕੋਈ ਵਿਅਕਤੀ ਐਸੀ ਗੱਲ ਕਰਦਾ ਹੈ ਪੜ੍ਹਿਆ ਲਿਖਿਆ ਕਿ ਸਾਡੇ ਅੱਗੇ ਸਵਾਲ ਖੜ੍ਹਾ ਹੋ ਜਾਂਦਾ। ਅਸੀਂ ਕਹਿ ਵੀ ਦਿੰਦੇ ਹਾਂ ਕਿ ਪੜ੍ਹਿਆ ਲਿਖਿਆ ਹੈ, ਅਕਲ ਤਾਂ ਇਹਨੂੰ ਬਿਲਕੁਲ ਨਹੀਂ ਹੈ, ਲੱਗਦਾ ਤਾਂ ਨਹੀਂ ਹੈ ਪੜ੍ਹਿਆ ਲਿਖਿਆ ਹੈ। ਕੀ ਮਤਲਬ? ਕਿ ਪੜ੍ਹਾਈ ਕਿਸੇ ਬੰਦੇ ਦੇ ਮੱਥੇ ਦੇ ਉੱਤੇ ਨਹੀਂ ਲਿਖੀ ਹੁੰਦੀ, ਤੁਹਾਡਾ ਆਚਾਰ ਵਿਹਾਰ ਤੁਹਾਡੀ ਵਿੱਦਿਆ ਨੂੰ ਤੁਹਾਡੀ ਯੋਗਤਾ ਨੂੰ ਸਾਬਤ ਕਰਦਾ ਹੈ। ਤੁਸੀਂ ਆਪਣੇ ਘਰਾਂ ਵਿੱਚ ਦੇਖੋ, ਤੁਹਾਡੇ ਬਜ਼ੁਰਗ ਨੇ ਸ਼ਾਇਦ 5 ਪਾਸ ਨੇ, 7 ਪਾਸ ਨੇ, ਹੋ ਸਕਦਾ ਅਨਪੜ੍ਹ ਵੀ ਨੇ, ਪਰ ਉਹ ਇੰਨੇ ਸੂਝਵਾਨ ਨੇ, ਇੰਨੀ ਸਿਆਣਪ ਉਹਨਾਂ ਦੇ ਅੰਦਰ ਹੈ ਜੋ ਕਿ ਸਾਡੇ ਅੱਜ ਦੀ ਪੜ੍ਹੀ ਲਿਖੀ ਸ਼੍ਰੇਣੀ ਦੇ ਅੰਦਰ ਵੀ ਨਹੀਂ ਹੈ। ਸੋ ਅਸੀਂ ਇਹ ਬਿਲਕੁਲ ਨਹੀਂ ਮੰਨ ਸਕਦੇ ਕਿ ਸਾਰੇ ਅਨਪੜ੍ਹ ਅਯੋਗ ਨੇ ਅਤੇ ਸਾਰੇ ਪੜ੍ਹੇ ਲਿਖੇ ਯੋਗ ਹਨ। ਦੂਸਰੀ ਗੱਲ, ਚਲੋ ਜੇ ਅਸੀਂ ਪੜ੍ਹੇ ਲਿਖਿਆਂ ਨੂੰ ਵਿੱਦਿਅਕ ਯੋਗਤਾ ਦੇ ਆਧਾਰ 'ਤੇ ਵੋਟ ਦਾ ਅਧਿਕਾਰ ਦੇ ਵੀ ਦਈਏ, ਤਾਂ ਸੋਚੋ ਕਿ ਵਿੱਦਿਅਕ ਯੋਗਤਾ ਕਿੰਨੀ ਨਿਸ਼ਚਿਤ ਕੀਤੀ ਜਾਵੇ? ਕੀ 5 ਪਾਸ, 10 ਪਾਸ, BA, MA, ਕਿੰਨੀ ਨਿਸ਼ਚਿਤ ਕੀਤੀ ਜਾਵੇ? ਹੋ ਸਕਦਾ ਹੈ ਕੋਈ ਐਸਾ ਵਿਅਕਤੀ ਹੋਵੇ ਜੋ ਸਿਆਣਾ ਹੋਵੇ ਪਰ ਉਹਨੂੰ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਹੀ ਨਾ ਮਿਲਿਆ ਹੋਵੇ। ਇਸ ਲਈ ਜਦੋਂ ਚੋਣ ਲੜਨ ਵਾਲਿਆਂ ਦੇ ਲਈ ਵਿੱਦਿਅਕ ਯੋਗਤਾ ਨਿਸ਼ਚਿਤ ਨਹੀਂ ਕੀਤੀ ਗਈ, ਤਾਂ ਵੋਟ ਪਾਉਣ ਦੇ ਲਈ ਕਿੰਨੀ ਯੋਗਤਾ ਨਿਸ਼ਚਿਤ ਕੀਤੀ ਜਾਵੇ, ਇਹ ਵੀ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ। ਅਗਲੀ ਗੱਲ ਕਿ ਜੇ ਆਪਾਂ ਟੈਕਸਾਂ ਦੀ ਗੱਲ ਕਰੀਏ ਕਿ ਅਮੀਰ ਵਿਅਕਤੀ ਟੈਕਸ ਦਿੰਦੇ ਹਨ, ਟੈਕਸ ਤਾਂ ਬੱਚੇ ਸਾਰੇ ਹੀ ਦਿੰਦੇ ਹਨ, ਕੋਈ ਡਾਇਰੈਕਟਲੀ ਦਿੰਦੇ ਹਨ, ਕੋਈ ਇਨਡਾਇਰੈਕਟਲੀ ਦਿੰਦੇ ਹਨ। ਤੁਸੀਂ ਛੋਟੀ ਤੋਂ ਛੋਟੀ ਚੀਜ਼, ਇੱਕ ਪੈੱਨ, ਇੱਕ ਸਾਬਣ ਖਰੀਦਣ ਜਾਂਦੇ ਹੋ, ਉਹਦੇ ਉੱਤੇ ਵੀ ਟੈਕਸ ਲੱਗਿਆ ਹੋਇਆ ਹੈ। ਸੋ ਜੇ ਆਪਾਂ ਦੇਖੀਏ ਤਾਂ ਅਸਿੱਧੇ ਤੌਰ ਦੇ ਉੱਤੇ ਸਾਰੇ ਹੀ ਲੋਕ ਟੈਕਸ ਦਿੰਦੇ ਹਨ। ਜੇ ਸਾਰੇ ਟੈਕਸ ਦਿੰਦੇ ਹਨ ਤਾਂ ਟੈਕਸ ਲਗਾਉਣ ਦਾ ਅਧਿਕਾਰ ਜਿਸ ਸਰਕਾਰ ਨੂੰ ਹੈ, ਉਸ ਸਰਕਾਰ ਨੂੰ ਚੁਣੇ ਜਾਣ ਦਾ ਅਧਿਕਾਰ ਵੀ ਸਾਰਿਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਜੇ ਆਪਾਂ ਇਸਤਰੀਆਂ ਦੀ ਗੱਲ ਕਰੀਏ ਕਿ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਨਾ ਦਿੱਤਾ ਜਾਵੇ, ਇਸਤਰੀਆਂ ਵਿੱਚੋਂ ਅਸੀਂ ਇਹ ਤਾਂ ਕਰ ਨਹੀਂ ਸਕਦੇ ਕਿ ਅੱਧੀਆਂ ਇਸਤਰੀਆਂ ਨੂੰ ਦਿੱਤਾ ਜਾਵੇ, ਅੱਧੀਆਂ ਨੂੰ ਨਾ। ਜੇ ਸਾਰੀਆਂ ਇਸਤਰੀਆਂ ਨੂੰ ਛੱਡ ਦੇਈਏ ਤਾਂ ਕੀ ਹੋਏਗਾ? ਸਾਡੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ ਜੋ ਹੈ ਉਹ ਵੋਟ ਦੇ ਅਧਿਕਾਰ ਤੋਂ ਵਾਂਝਾ ਰਹਿ ਜਾਵੇਗਾ, ਫਿਰ ਉੱਥੇ ਲੋਕਤੰਤਰ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੇਗੀ। ਸੋ ਜੇ ਅਸੀਂ ਲੋਕਤੰਤਰ ਨੂੰ ਸੁਰੱਖਿਅਤ ਕਰਨਾ ਹੈ, ਸਹੀ ਮੈਨਿਆਂ ਵਿੱਚ ਲੋਕਾਂ ਦਾ ਸ਼ਾਸਨ ਕਰਨਾ ਹੈ, ਆਪਣੀ ਘੱਟ ਗਿਣਤੀਆਂ ਨੂੰ, ਛੋਟੀ ਤੋਂ ਛੋਟੀ ਭਾਰਤ ਦੀ ਘੱਟ ਗਿਣਤੀ ਨੂੰ ਸੁਰੱਖਿਅਤ ਕਰਨਾ ਹੈ, ਕਿਸੇ ਨੂੰ ਇਹ ਨਾ ਲੱਗੇ ਕਿ ਸਾਡਾ ਤਾਂ ਸ਼ਾਸਨ ਵਿੱਚ ਕੋਈ ਯੋਗਦਾਨ ਹੀ ਨਹੀਂ ਹੈ, ਜੇ ਅਸੀਂ ਰਾਸ਼ਟਰ ਦੇ ਵਿੱਚ ਵੰਡੀਆਂ ਨਹੀਂ ਪਾਉਣੀਆਂ, ਜੇ ਅਸੀਂ ਰਾਸ਼ਟਰ ਦੀ ਏਕਤਾ ਨੂੰ ਵਧਾਉਣਾ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰੇ ਲੋਕ ਕਾਨੂੰਨਾਂ ਦੀ ਪਾਲਣਾ ਕਰਨ, ਤਾਂ ਉਹਨਾਂ ਨੂੰ ਕਾਨੂੰਨ ਬਣਾਉਣ ਵਾਲਿਆਂ ਨੂੰ ਚੁਣਨ ਦਾ ਅਧਿਕਾਰ ਵੀ ਸਾਰਿਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਸੋ ਜੇ ਅਸੀਂ ਸਾਰੇ ਬਾਲਗਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਦਾ ਅਧਿਕਾਰ ਦੇ ਦਿੰਦੇ ਹਾਂ, ਤਾਂ ਇਹਦੇ ਨਾਲ ਸਾਡੇ ਲੋਕਤੰਤਰ ਦੀ ਸ਼ਾਨ ਵੀ ਵੱਧਦੀ ਹੈ, ਸਾਡੇ ਲੋਕਤੰਤਰ ਦੀ ਸਮਾਨਤਾ ਦੇ ਅਧਿਕਾਰ, ਸਮਾਨਤਾ ਦਾ ਜੋ ਸਿਧਾਂਤ ਹੈ ਉਹ ਵੀ ਪੂਰਾ ਉਤਰਦਾ ਹੈ, ਅਤੇ ਸਾਡੇ ਨਾਗਰਿਕਾਂ ਦੇ ਅੰਦਰ ਸਵੈ ਮਾਣ ਦੀ ਭਾਵਨਾ, ਬੰਦੇ ਨੂੰ ਇੱਕ ਵਾਰ ਲੱਗਦਾ ਹੈ ਕਿ ਮੇਰੀ ਵੀ ਕੋਈ ਵੈਲਿਊ ਹੈ, ਮੇਰਾ ਵੀ ਸ਼ਾਸਨ ਵਿੱਚ ਕੋਈ ਭਾਗ ਹੈ, ਉਹਦੇ ਵਿੱਚ ਵੀ ਕੀ ਹੁੰਦਾ ਹੈ, ਬੱਚੇ ਵਾਧਾ ਹੁੰਦਾ ਹੈ। ਸੋ ਅਸੀਂ ਨਤੀਜੇ ਦੇ ਤੌਰ ਦੇ ਉੱਤੇ ਕੀ ਕਹਿਣਾ ਚਾਹਾਂਗੇ ਕਿ ਅਸੀਂ ਇਸ ਤਰ੍ਹਾਂ ਵੰਡੀਆਂ ਨਹੀਂ ਪਾ ਸਕਦੇ, ਸਾਨੂੰ ਸਾਰੇ ਬਾਲਗਾਂ ਨੂੰ ਹੀ ਬਰਾਬਰ ਵੋਟ ਦਾ ਅਧਿਕਾਰ ਦੇਣਾ ਹੀ ਪਵੇਗਾ, ਤਾਂ ਹੀ ਸਹੀ ਅਰਥਾਂ ਵਿੱਚ ਲੋਕਤੰਤਰ ਸਫਲ ਹੋ ਸਕਦਾ ਹੈ। ਅਗਲੀ ਗੱਲ,
ਦੂਸਰਾ ਬੇਟੇ ਸਾਡੇ ਲਈ ਚਰਚਾ ਦਾ ਵਿਸ਼ਾ ਹੈ ਇਸਤਰੀ ਮਤ ਅਧਿਕਾਰ ਵਿਮੈਨ ਔਰ ਫੀਮੇਲ ਸਫਰੇਜ ਬਹੁਤ ਜਿਹਨੂੰ ਅਸੀਂ ਕਹਿ ਸਕਦੇ ਹਾਂ ਵਧੀਆ ਟੌਪਿਕ ਹੈ ਮੈਨੂੰ ਯਾਦ ਹੈ ਕਿ ਜਦੋਂ ਵੀ ਇਹ ਟੌਪਿਕ ਮੈਂ ਆਪਣੀ ਕਲਾਸ ਵਿੱਚ ਕਰਵਾਉਂਦੀ ਹਾਂ ਤਾਂ ਆਮ ਤੌਰ ਦੇ ਉੱਤੇ ਮੇਰੀ ਲੜਕੀਆਂ ਦੀ ਔਰ ਸਾਡੇ ਕਲਾਸ 'ਚ ਜਿਹੜੇ ਬੋਇਜ਼ ਬੈਠੇ ਹੁੰਦੇ ਨੇ ਕਈ ਵਾਰ ਸਾਡੀ ਬਹਿਸ ਵੀ ਹੋ ਜਾਂਦੀ ਹੈ ਬਹੁਤ ਇੰਪੋਰਟੈਂਟ ਟੌਪਿਕ ਹੈ ਕਿ ਕੀ ਇਸਤਰੀਆਂ ਨੂੰ ਜੋ ਕਿ ਸਾਡੀ ਜਨਸੰਖਿਆ ਦਾ ਵੱਡਾ ਭਾਗ ਹਨ ਕੀ ਉਹਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ ਦਿੱਤਾ ਜਾਣਾ ਚਾਹੀਦਾ ਦੇਖੋ ਤੁਹਾਡੇ ਸਾਹਮਣੇ ਸਲਾਈਡ ਦੇ ਵਿੱਚ ਮੈਂ ਮੈਕਸੀਮਮ ਜਿੰਨੀਆਂ ਲੱਗ ਸਕੀਆਂ ਉਹਨਾਂ ਇਸਤਰੀਆਂ ਦੀ ਆਪਾਂ ਫੋਟੋਗ੍ਰਾਫਸ ਲਗਾਈਆਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਾਡੇ ਕੋਲ ਉਹਨਾਂ ਤੋਂ ਤਾਂ ਸਭ ਜਾਣੂ ਨੇ ਇਹ ਰਾਜਨੀਤੀ ਦੀ ਜਿਹਨੂੰ ਕਹਿ ਸਕਦੇ ਉਹ ਪੌਦਾ ਹੈ ਜਿਹਦੇ ਉਹ ਜਿਹਦੀ ਸ਼ਾਖਾਵਾਂ ਅਜੇ ਤੱਕ ਫੈਲੀਆਂ ਹੋਈਆਂ ਹਨ ਸਾਡੇ ਕੋਲ ਅਮਰੀਕਾ ਦੇ ਹੈਨਰੀ ਕਲਿੰਟਨ ਨੇ ਇਸੇ ਤਰੀਕੇ ਦੇ ਨਾਲ ਸਾਡੇ ਕਿਰਨ ਬੇਦੀ ਨੇ ਸ਼ੀ ਇਜ਼ ਵੈਰੀ ਇੰਟੈਲੀਜੈਂਟ ਔਫਿਸਰ ਇਸ ਤਰ੍ਹਾਂ ਤਰੀਕੇ ਨਾਲ ਸਾਡੇ ਸ਼੍ਰੀਲੰਕਾ ਦੇ ਪ੍ਰਧਾਨ ਨੇ ਸਾਡੇ ਕੋਲ ਸ਼੍ਰੀ ਮਤੀ ਕੁਮਾਰ ਤੁੰਗੇ ਮਿਸਿਸ ਸੋਨੀਆ ਗਾਂਧੀ ਨੇ ਹੀਨਾ ਰੂਬਾਨੀ ਨੇ ਇਹ ਬੇਟੇ ਸਾਰੇ ਸਾਡੇ ਕੋਲ ਪਾਕਿਸਤਾਨ ਦੇ ਵਿਦੇਸ਼ ਸਚਿਵ ਜੋ ਹੈਗੇ ਹਨ ਹੀਨਾ ਰੂਬਾਨੀ ਇਹ ਸਭ ਉਹ ਇਸਤਰੀਆਂ ਹਨ ਇਹਨਾਂ ਤੋਂ ਇਲਾਵਾ ਦੇਅਰ ਆਰ ਸੋ ਮੈਨੀ ਐਗਜ਼ੈਂਪਲਸ ਇਹ ਉਹ ਇਸਤਰੀਆਂ ਹਨ ਜਿਨ੍ਹਾਂ ਨੇ ਕਿ ਰਾਜਨੀਤੀ ਦੇ ਖੇਤਰ ਦੇ ਵਿੱਚ ਆਪਣਾ ਲੋਹਾ ਮਨਵਾਇਆ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਇਸਤਰੀਆਂ ਰਾਜਨੀਤੀ ਵਿੱਚ ਵੀ ਆਪਣਾ ਝੰਡਾ ਗੱਡ ਸਕਦੀਆਂ ਹਨ ਸੋ ਅਸੀਂ ਚਰਚਾ ਕਰਾਂਗੇ ਇਸ 'ਤੇ ਕਿ 20ਵੀਂ ਸਦੀ ਤੱਕ ਵੋਟ ਦਾ ਅਧਿਕਾਰ ਕੇਵਲ ਪੁਰਸ਼ਾਂ ਤੱਕ ਸੀਮਿਤ ਸੀ ਇੰਗਲੈਂਡ ਵਰਗੇ ਦੇਸ਼ ਦੇ ਵਿੱਚ ਵੀ 1928 ਦੇ ਵਿੱਚ ਅਮਰੀਕਾ 1920 ਵਿੱਚ ਸਵਿਟਜ਼ਰਲੈਂਡ ਜੋ ਲੋਕਤੰਤਰ ਦਾ ਘਰ ਹੈ ਉੱਥੇ ਬੇਟੇ 1971 ਦੇ ਵਿੱਚ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਪਰ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਭਾਰਤ ਦਾ ਸੰਵਿਧਾਨ ਜਦੋਂ ਲਾਗੂ ਹੋਇਆ ਤਾਂ ਸੰਵਿਧਾਨ ਲਾਗੂ ਕਰਨ ਦੇ ਨਾਲ ਹੀ 1950 ਦੇ ਵਿੱਚ ਬਰਾਬਰ ਅਧਿਕਾਰ ਹੈ ਇਸਤਰੀਆਂ ਨੂੰ ਵੋਟ ਦੇਣ ਦਾ ਅਧਿਕਾਰ ਸਾਡੇ ਸੰਵਿਧਾਨ ਨੇ ਦੇ ਦਿੱਤਾ ਹੁਣ ਚਰਚਾ ਇਹ ਹੈ ਕਿ ਕੀ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇ ਜਾਂ ਨਾ ਜੋ ਵਿਦਵਾਨ ਇਹ ਕਹਿੰਦੇ ਹਨ ਕਿ ਨਹੀਂ ਦਿੱਤਾ ਜਾਣਾ ਚਾਹੀਦਾ ਇਸਤਰੀਆਂ ਨੂੰ ਉਹਨਾਂ ਦੀ ਕੀ ਰਾਏ ਹੈ ਪਹਿਲੀ ਗੱਲ ਉਹ ਕਹਿੰਦੇ ਹਨ ਕਿ ਇਸਤਰੀਆਂ ਦੀਆਂ ਕੋਮਲ ਭਾਵਨਾਵਾਂ ਹੁੰਦੀਆਂ ਹਨ ਇਸਤਰੀਆਂ ਦੇ ਗੁਣ ਸਹਿਣਸ਼ੀਲਤਾ ਪਿਆਰ ਮਮਤਾ ਇਮੋਸ਼ਨਲ ਬਹੁਤ ਹੁੰਦੀਆਂ ਹਨ ਇਸਤਰੀਆਂ ਇੱਦਾਂ ਦੇ ਗੁਣਾਂ ਵਾਲੀਆਂ ਇਸਤਰੀਆਂ ਜੋ ਹਨ ਉਹ ਰਾਜਨੀਤੀ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀਆਂ ਠੀਕ ਹੈ ਹੁਣ ਤੁਸੀਂ ਦੇਖੋ ਕੋਈ ਤੁਸੀਂ ਪਿਕਚਰ ਦੇਖ ਰਹੇ ਹੋ ਜੇ ਕੋਈ ਰੋਣ ਵਾਲੀ ਪਿਕਚਰ ਹੈ ਆਦਮੀ ਨਹੀਂ ਰੋਣਗੇ ਇਸਤਰੀਆਂ ਰੋਣਾ ਸ਼ੁਰੂ ਕਰ ਦੇਣਗੀਆਂ ਉਹ ਜਲਦੀ ਕਿਸੇ ਦੀਆਂ ਗੱਲਾਂ ਵਿੱਚ ਆ ਜਾਂਦੀਆਂ ਹਨ ਸਾਡੇ ਜੋ ਝੂਠੇ ਸੰਤ ਘੁੰਮਦੇ ਹਨ ਪੰਡਿਤ ਘੁੰਮਦੇ ਹਨ ਉਹਨਾਂ ਦਾ ਸ਼ਿਕਾਰ ਵੀ ਅਕਸਰ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਇਸਤਰੀਆਂ ਜਲਦੀ ਬਣਦੀਆਂ ਹਨ ਸੋ ਰਾਜਨੀਤੀ ਵਿੱਚ ਤਾਂ ਬਹੁਤ ਦਾਅ ਪੇਚ ਨੇ ਸੋ ਇਹ ਕਹਿੰਦੇ ਰਾਜਨੀਤੀ ਦੇ ਨਾਲ ਮੇਲ ਨਹੀਂ ਖਾਂਦੀਆਂ ਇਸਤਰੀਆਂ ਵਧੇਰੇ ਕਰਕੇ ਰਾਜਨੀਤਿਕ ਅਤੇ ਸਰਵਜਨਿਕ ਕੰਮਾਂ ਵਿੱਚ ਵੀ ਰੁਚੀ ਨਹੀਂ ਲੈਂਦੀਆਂ ਹਨ ਇਸਤਰੀਆਂ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਪਿਆਰੀਆਂ ਹੁੰਦੀਆਂ ਹਨ ਆਪਣੇ ਬੱਚੇ ਨੇੜੇ ਹੁੰਦੇ ਹੈ ਆਪਣੇ ਪਤੀ ਦੀਆਂ ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਇਸ ਕਰਕੇ ਆਮ ਜੇ ਅਸੀਂ ਦੇਖੀਏ ਰਾਜਨੀਤੀ ਦੇ ਕੰਮਾਂ ਵਿੱਚ ਜਾਂ ਆਮ ਕੰਮਾਂ ਦੇ ਵਿੱਚ ਤੁਸੀਂ ਪਿੰਡਾਂ ਵਿੱਚ ਦੇਖੋ ਸ਼ਹਿਰਾਂ ਵਿੱਚ ਦੇਖੋ ਤਾਂ ਲੇਡੀਜ਼ ਇਹਨਾਂ ਵਿੱਚ ਘੱਟ ਹੀ ਭਾਗ ਲੈਂਦੀਆਂ ਹਨ ਇੱਕ ਹੋਰ ਵਿਦਵਾਨ ਨੇ ਕੀ ਕਿਹਾ ਉਹ ਕਹਿੰਦੇ ਇਸਤਰੀ ਨੂੰ ਵੋਟ ਦਾ ਅਧਿਕਾਰ ਦੇਣਾ ਪੁਰਸ਼ ਦੇ ਅਧਿਕਾਰ ਨੂੰ ਦੁੱਗਣਾ ਕਰਨਾ ਹੈ ਕਾਫੀ ਹੱਦ ਤੱਕ ਸਹੀ ਵੀ ਹੈ ਤੁਸੀਂ ਕਦੇ ਆਪਣੀ ਮੰਮੀ ਨੂੰ ਪੁੱਛ ਕੇ ਦੇਖਣਾ ਕਿ ਮੰਮੀ ਤੁਸੀਂ ਵੋਟ ਕਿਹਨੂੰ ਪਾਉਣੀ ਹੈ ਉਹਨਾਂ ਦਾ ਜਵਾਬ ਹੋਏਗਾ ਜਿਹਨੂੰ ਤੇਰੇ ਡੈਡੀ ਕਹਿਣਗੇ ਆਮ ਤੌਰ ਦੇ ਉੱਤੇ ਇਸਤਰੀਆਂ ਹਮੇਸ਼ਾ ਆਪਣੇ ਪਤੀ ਦੇ ਕਹੇ ਦੇ ਉੱਤੇ ਜਾਂ ਪਿਤਾ ਦੇ ਜਾਂ ਭਰਾ ਦੇ ਕਹੇ 'ਤੇ ਵੋਟ ਦੀ ਵਰਤੋਂ ਕਰਦੀਆਂ ਹਨ ਸੋ ਕਈ ਵਿਦਵਾਨ ਕਹਿੰਦੇ ਹਨ ਕਿਉਂ ਨਾ ਪੁਰਸ਼ਾਂ ਨੂੰ ਹੀ ਦੋ ਵੋਟਾਂ ਦਾ ਅਧਿਕਾਰ ਦੇ ਦਿੱਤਾ ਜਾਵੇ ਠੀਕ ਵੀ ਹੈ ਕਾਫੀ ਹੱਦ ਤੱਕ ਇਹ ਗੱਲ ਇਸ ਤੋਂ ਇਲਾਵਾ ਭਾਰਤੀ ਸਮਾਜ ਜੋ ਹੈ ਸਾਡਾ ਸਮਾਜ ਇਸਤਰੀਆਂ ਨੂੰ ਰਾਜਨੀਤੀ ਵਿੱਚ ਦੇਖਣਾ ਪਸੰਦ ਨਹੀਂ ਕਰਦਾ ਜੇ ਕੋਈ ਇਸਤਰੀ ਰਾਜਨੀਤਿਕ ਤੌਰ 'ਤੇ ਬਹੁਤ ਉੱਪਰ ਚਲੀ ਜਾਂਦੀ ਹੈ ਤਾਂ ਲੋਕ ਉਸ ਵਿੱਚ ਕੋਈ ਨਾ ਕੋਈ ਹੋਰ ਨੁਕਸ ਕੱਢਣਾ ਸ਼ੁਰੂ ਕਰ ਦਿੰਦੇ ਨੇ ਇਸ ਕਾਰਨ ਵੀ ਕਈ ਯੋਗ ਇਸਤਰੀਆਂ ਰਾਜਨੀਤੀ ਵਿੱਚ ਅੱਗੇ ਨਹੀਂ ਆਉਂਦੀਆਂ ਸੋ ਇਸਤਰੀਆਂ ਭਾਵਨਾਤਮਕ ਹਨ ਅਤੇ ਕਈ ਬੰਦੇ ਇਹ ਕਹਿੰਦੇ ਹਨ ਕਿ ਸਰੀਰਕ ਪੱਖੋਂ ਕਮਜ਼ੋਰ ਹਨ ਚਲੋ ਅਸੀਂ ਆਲੋਚਨਾ 'ਚ ਕਰਾਂਗੇ ਕਿਉਂਕਿ ਵੋਟ ਪਾਉਣ ਦਾ ਸਰੀਰਕ ਕਮਜ਼ੋਰੀ ਦੇ ਨਾਲ ਕੋਈ ਤਾਲਕ ਨਹੀਂ ਹੈ ਠੀਕ ਹੈ ਨਾ ਪਰ ਇਹ ਦੇਖਣਾ ਕਿ ਕੀ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਤੁਸੀਂ ਦੱਸੋ ਇਸ ਤੋਂ ਬਾਅਦ ਤੁਸੀਂ ਕੀ ਕਹੋਗੇ ਕਿ ਕੀ ਇਹਨਾਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਜੇ ਨਹੀਂ ਤਾਂ ਅਸੀਂ ਇਹ ਦੱਸਾਂਗੇ ਕਿ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਹਰ ਕੀਮਤ 'ਤੇ ਮਿਲਣਾ ਚਾਹੀਦਾ ਹੈ ਕਾਰਨ ਕਿ ਇਸਤਰੀਆਂ ਦੇ ਸਨਮਾਨ ਦੇ ਲਈ ਜ਼ਰੂਰੀ ਹੈ ਇਸਤਰੀਆਂ ਦੇ ਅਧਿਕਾਰਾਂ ਦੀ ਰਾਖੀ ਦੇ ਲਈ ਜ਼ਰੂਰੀ ਹਨ ਜਿੱਥੇ ਇਸਤਰੀਆਂ ਦੇ ਅਧਿਕਾਰਾਂ ਦੀ ਰਾਖੀ ਕਰਨੀ ਹੈ ਜਿੱਥੇ ਇਸਤਰੀਆਂ ਲਈ ਕਾਨੂੰਨ ਬਣ ਰਹੇ ਹਨ
ਜਿਨ੍ਹਾਂ ਵਿਧਾਨ ਪਾਲਿਕਾਵਾਂ ਦੇ ਵਿੱਚ ਕਾਨੂੰਨ ਬਣ ਰਹੇ ਉੱਥੇ ਇਸਤਰੀਆਂ ਦਾ ਨੁਮਾਇੰਦੇ ਜ਼ਰੂਰ ਹੋਣੇ ਚਾਹੀਦੇ ਹਨ। ਦੂਸਰੀ ਗੱਲ ਕਿ ਵੋਟ ਪਾਉਣ ਦੇ ਨਾਲ 5 ਸਾਲ ਮਗਰੋਂ ਇੱਕ ਵਾਰ ਜੇ ਬੰਦਾ 1 ਘੰਟੇ ਲਈ ਵੋਟ ਪਾਉਣ ਚਲਾ ਵੀ ਗਿਆ ਇਹਦੇ ਨਾਲ ਪਰਿਵਾਰਕ ਜੀਵਨ ਕਿਸੇ ਵੀ ਤਰ੍ਹਾਂ ਭੰਗ ਨਹੀਂ ਹੁੰਦਾ। ਸੋ ਤੁਹਾਡੇ ਸਾਹਮਣੇ ਮੈਂ ਪਹਿਲਾਂ ਐਗਜ਼ਾਮਪਲਸ ਦੇ ਦਿੱਤੀਆਂ ਬੇਟੇ ਤੁਹਾਨੂੰ ਕਿ ਜੇ ਆਪਾਂ ਧਿਆਨ ਦੇ ਨਾਲ ਦੇਖੀਏ ਤਾਂ ਸਾਡੇ ਕੋਲ ਐਸੀਆਂ ਇਸਤਰੀਆਂ ਦੀ ਐਗਜ਼ਾਮਪਲਸ ਹੈ ਜਿਹੜੀਆਂ ਨੇ ਸਾਬਤ ਕੀਤਾ ਹੈ ਕਿ ਉਹ ਰਾਜਨੀਤੀ ਕੀ ਜੀਵਨ ਦੇ ਹਰ ਖੇਤਰ ਦੇ ਵਿੱਚ ਸਫਲ ਨੇ ਤਾਂ ਰਾਜਨੀਤੀ ਉਹਨਾਂ ਲਈ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਪੜ੍ਹੀਆਂ ਲਿਖੀਆਂ ਅਤੇ ਸੂਝਵਾਨ ਇਸਤਰੀਆਂ ਜੋ ਕਿ ਜਿਨ੍ਹਾਂ ਦੀ ਗਿਣਤੀ ਹੁਣ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ, ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਇਸਤਰੀਆਂ ਨੂੰ ਇਸਤਰੀਆਂ ਦੀ ਸਿੱਖਿਆ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਪੜ੍ਹੀਆਂ ਲਿਖੀਆਂ ਅਤੇ ਸੂਝਵਾਨ ਇਸਤਰੀਆਂ ਅੱਜ ਆਪਣੇ ਫੈਸਲੇ ਆਪ ਕਰਦੀਆਂ ਹਨ, ਉਹਨਾਂ ਦੀ ਸੋਚ ਵੀ ਅਗਾਹ ਵਧੂ ਹੈ, ਉਹ ਭਰਮਾਂ ਵਿੱਚ ਵੀ ਨਹੀਂ ਪੈਂਦੀਆਂ ਅਤੇ ਦਾਓ ਪੇਚਾਂ ਦੇ ਵਿੱਚ ਨਹੀਂ ਆਉਂਦੀਆਂ, ਇਸ ਕਰਕੇ ਉਹਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਬਾਕੀ ਇਸਤਰੀਆਂ ਦੇ ਅੰਦਰ ਐਸੇ ਗੁਣ ਨੇ, ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ ਹੋਈ ਹੈ ਕਿ ਜੇ ਆਪਾਂ ਇਸਤਰੀਆਂ ਨੂੰ ਰਾਜਨੀਤੀ 'ਚ ਪ੍ਰਵੇਸ਼ ਆਉਣ ਦੇਈਏ ਤਾਂ ਹੋ ਸਕਦਾ ਹੈ ਕਿ ਰਾਜਨੀਤੀ ਦੀ ਜੋ ਗੰਦੀ ਖੇਡ ਹੈ ਉਸਨੂੰ ਇਸਤਰੀਆਂ ਦੇ ਚੰਗੇ ਗੁਣ ਕਾਫੀ ਹੱਦ ਤੱਕ ਘਟਾ ਸਕਣ। ਸੋ ਅਗਲੀ ਗੱਲ ਕਿ ਇਸਤਰੀਆਂ ਦੇ ਲਈ ਕਾਨੂੰਨ ਬਣਾਉਣ ਦਾ ਅਧਿਕਾਰ, ਇਸਤਰੀਆਂ ਨੂੰ ਇਸਤਰੀਆਂ ਦੀ ਸਮੱਸਿਆਵਾਂ ਦਾ ਪਤਾ ਹੈ, ਇਸ ਕਰਕੇ ਇਸਤਰੀਆਂ ਦੇ ਲਈ, ਉਹਨਾਂ ਦੇ ਅਧਿਕਾਰਾਂ ਦੇ ਲਈ, ਉਹਨਾਂ ਦੀ ਸੁਰੱਖਿਆ ਦੇ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਵੀ ਇਸਤਰੀਆਂ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ। ਜੇ ਆਪਾਂ ਗੱਲ ਕਰੀਏ ਭਾਰਤ ਦੀ ਸੰਸਾਰ ਪੱਧਰ ਦੀ ਤਾਂ ਇਹ ਸਾਬਤ ਹੋ ਗਿਆ, ਚਾਹੇ ਤੁਸੀਂ ਕੋਈ ਰਿਜ਼ਲਟ ਚੁੱਕ ਲਓ, ਚਾਹੇ ਯੂਨੀਵਰਸਿਟੀਆਂ ਦਾ ਚੁੱਕ ਲਓ, ਚਾਹੇ ਕੋਈ ਸਿਲੈਕਸ਼ਨਸ ਦੇਖ ਲਈਆਂ ਜਾਣ, ਤਾਂ ਇਸਤਰੀਆਂ ਨੇ ਹਰ ਪੱਧਰ ਦੇ ਉੱਤੇ ਹੀ ਬਹੁਤ ਵਧੀਆ ਡਿਸੀਜਨਸ ਲਏ ਨੇ। ਅਤੇ ਇਸ ਵੇਲੇ ਵੀ ਅਸੀਂ ਦੇਖ ਰਹੇ ਹਾਂ ਸ਼੍ਰੀਮਤੀ ਸੋਨੀਆ ਗਾਂਧੀ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਹਨ, ਅਸਲ ਦੇ ਵਿੱਚ ਡਿਸੀਜਨਸ ਲੈ ਰਹੇ ਹਨ। ਇਸੇ ਤਰ੍ਹਾਂ ਦੇ ਨਾਲ ਬਾਕੀ ਦੇਸ਼ਾਂ ਦੀ ਆਲੇ ਦੁਆਲੇ ਨਜ਼ਰ ਮਾਰੋ ਤਾਂ ਇਸਤਰੀਆਂ ਨੇ ਰਾਜਨੀਤੀ ਦੇ ਵਿੱਚ ਬਹੁਤ ਵਧੀਆ ਮੱਲਾਂ ਮਾਰੀਆਂ ਹਨ। ਸੋ ਇਹ ਆਪਾਂ ਬਿਲਕੁਲ ਨਹੀਂ ਕਹਿ ਸਕਦੇ ਕਿ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ। ਜੇ ਇਸਤਰੀਆਂ ਕਮਜ਼ੋਰ ਨੇ, ਭਾਵੁਕ ਨੇ, ਫਿਰ ਤਾਂ ਇਹਨਾਂ ਨੂੰ ਵੋਟ ਦਾ ਅਧਿਕਾਰ ਦੇਣਾ ਹੋਰ ਵੀ ਜ਼ਰੂਰੀ ਨੇ ਤਾਂ ਜੋ ਇਹ ਆਪਣੇ ਅਧਿਕਾਰਾਂ ਦਾ ਬਚਾਵ ਕਰ ਸਕਣ। ਸੋ ਆਪਾਂ ਸੰਖੇਪ ਦੇ ਤੌਰ 'ਤੇ ਕੀ ਕਹਾਂਗੇ ਕਿ ਇਸਤਰੀਆਂ ਸਾਡੀ ਜਨਸੰਖਿਆ ਦਾ ਬਹੁਤ ਵੱਡਾ ਭਾਗ ਨੇ, ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਲੋਕਤੰਤਰ ਸਫਲ ਹੋਵੇ, ਸਭ ਨੂੰ ਵੋਟ ਦਾ ਅਧਿਕਾਰ ਹੋਵੇ, ਤਾਂ ਇਸਤਰੀਆਂ ਨੂੰ ਹਰ ਕੀਮਤ ਦੇ ਉੱਤੇ ਬੇਟੇ ਇਹ ਵੋਟ ਦਾ ਅਧਿਕਾਰ ਜ਼ਰੂਰ ਮਿਲਣਾ ਚਾਹੀਦਾ ਹੈ। ਅਤੇ ਸਾਰੀਆਂ ਇਸਤਰੀਆਂ ਨੂੰ ਵੀ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਆਪਣੇ ਇਸ ਅਧਿਕਾਰ ਦੀ ਸੋਚ ਸਮਝ ਕੇ ਆਪਣੇ ਹਿਸਾਬ ਦੇ ਨਾਲ ਫੈਸਲਾ ਕਰਕੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਅਗਲੀ ਸਾਡੀ ਚੋਣਾਂ ਦੇ ਨਾਲ ਸੰਬੰਧਿਤ ਥੋੜ੍ਹੀ ਜਿਹੀ ਗੱਲ ਹੈ ਬੇਟੇ, ਦੋ ਗੱਲਾਂ ਨੇ ਸਾਡੇ ਕੋਲ, ਇੱਕ ਪ੍ਰਤੱਖ ਚੋਣ ਅਤੇ ਇੱਕ ਅਪ੍ਰਤੱਖ ਚੋਣ। ਪ੍ਰਤੱਖ ਚੋਣ ਪ੍ਰਣਾਲੀ ਕਿਹੜੀ ਹੁੰਦੀ ਹੈ ਕਿ ਜਦੋਂ ਕੋਈ ਵੋਟਰ ਪ੍ਰਤੱਖ ਤੌਰ 'ਤੇ, ਸਿੱਧੇ ਤੌਰ ਦੇ ਉੱਤੇ ਚੋਣ ਕੇਂਦਰ 'ਤੇ ਜਾਂਦਾ ਹੈ, ਬੂਥ 'ਤੇ ਜਾਂਦਾ ਹੈ, ਜਾ ਕੇ ਆਪਣੀ ਵੋਟ ਦੀ ਵਰਤੋਂ ਕਰਦਾ ਹੈ, ਅਤੇ ਸਾਰੇ ਹੀ ਆਪਾਂ ਵੋਟਾਂ ਪਾਉਂਦੇ ਹਾਂ, ਜਿਸ ਉਮੀਦਵਾਰ ਨੂੰ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸਭ ਤੋਂ ਵੱਧ ਵੋਟਾਂ ਪੈ ਜਾਂਦੀਆਂ ਹਨ ਉਸਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ, ਔਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਉਸਨੂੰ ਕੀ ਕਿਹਾ ਜਾਂਦਾ ਹੈ, ਪ੍ਰਤੀਨਿਧੀ ਕਿਹਾ ਜਾਂਦਾ ਹੈ। ਜਦੋਂ ਸਿੱਧੇ ਤੌਰ ਦੇ ਉੱਤੇ ਸਾਡੀਆਂ ਵੋਟਾਂ ਦੇ ਰਾਹੀਂ ਸਾਨੂੰ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਹੋਵੇ ਤਾਂ ਉਸਨੂੰ ਬੇਟੇ ਪ੍ਰਤੱਖ ਚੋਣ ਪ੍ਰਣਾਲੀ ਕਿਹਾ ਜਾਂਦਾ ਹੈ। ਬਹੁਤ ਵੱਡੇ ਵੱਡੇ ਲੋਕਤੰਤਰੀ ਦੇਸ਼ ਹੋਣ ਕਰਕੇ ਬਹੁਤ ਔਖਾ ਹੁੰਦਾ ਹੈ ਚੋਣਾਂ ਦਾ ਕੰਮ। ਆਪਾਂ ਨੂੰ ਪਤਾ ਹੈ ਕਿ ਭਾਰਤ ਵਿੱਚ ਜਦੋਂ ਚੋਣਾਂ ਹੁੰਦੀਆਂ ਹਨ, ਲੋਕ ਸਭਾ ਦੀਆਂ ਚੋਣਾਂ, ਸਾਡੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ, ਸਾਡੀਆਂ ਪੰਚਾਇਤਾਂ ਦੀਆਂ ਚੋਣਾਂ, ਸਾਡੀਆਂ ਮਿਊਂਸੀਪੈਲਿਟੀ ਦੀਆਂ ਚੋਣਾਂ, ਇਹ ਸਾਰੀਆਂ ਕਿਹੜੀਆਂ ਚੋਣਾਂ ਨੇ ਬੇਟੇ, ਜਿਹੜੀਆਂ ਕਿ ਪ੍ਰਤੱਖ ਚੋਣ ਪ੍ਰਣਾਲੀ 'ਤੇ ਆਧਾਰਿਤ ਹੁੰਦੀਆਂ ਹਨ, ਜਿਨ੍ਹਾਂ ਵਿੱਚ ਨੁਮਾਇੰਦਿਆਂ ਨੂੰ, ਪ੍ਰਤੀਨਿਧੀਆਂ ਨੂੰ ਅਸੀਂ ਪ੍ਰਤੱਖ ਤੌਰ ਦੇ ਉੱਤੇ ਵੋਟ ਕੇਂਦਰਾਂ ਦੇ ਉੱਤੇ ਜਾ ਕੇ ਅਸੀਂ ਆਪਣੀ ਵੋਟਾਂ ਦੇ ਰਾਹੀਂ ਸਿੱਧੇ ਤੌਰ ਦੇ ਉੱਤੇ ਚੁਣਦੇ ਹਾਂ। ਸੋ ਪ੍ਰਤੱਖ ਲੋਕਤੰਤਰ ਨੂੰ ਲੋਕਤੰਤਰ ਦੀ ਜਿੰਦ ਜਾਨ ਮੰਨਿਆ ਜਾਂਦਾ ਹੈ। ਸਵਿਟਜ਼ਰਲੈਂਡ ਦੇ ਵਿੱਚ ਅਜੇ ਵੀ ਪ੍ਰਤੱਖ ਲੋਕਤੰਤਰ ਸੰਭਵ ਹੈ। ਅਸੀਂ ਬਹੁਤ ਚੋਣਾਂ ਉੱਤੇ ਖਰਚ ਹੁੰਦਾ ਹੈ, ਬਹੁਤ ਪ੍ਰਬੰਧ ਕਰਨਾ ਪੈਂਦਾ ਹੈ, ਪਰ ਭਾਰਤ ਵਿੱਚ ਤੁਸੀਂ ਦੇਖੋ ਐਡੀ ਵੱਡੀਆਂ ਚੋਣਾਂ ਵੱਡੇ ਪੱਧਰ ਦੇ ਉੱਤੇ ਅੱਜ ਵੀ ਕਰਵਾਈਆਂ ਜਾਂਦੀਆਂ ਹਨ। ਅਗਲੀ ਗੱਲ ਅਪ੍ਰਤੱਖ ਚੋਣ ਢੰਗ। ਬੇਟੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਤੁਸੀਂ ਤੁਹਾਡੇ ਸਾਹਮਣੇ ਉੱਪਰ ਅਸੀਂ ਲੋਕ ਸਭਾ ਦੀ ਥੋੜ੍ਹੀ ਜਿਹੀ ਸਲਾਈਡ ਦਿੱਤੀ ਹੋਈ ਹੈ ਕਿ ਲੋਕ ਸਭਾ ਦੇ ਮੈਂਬਰਾਂ ਦੀ ਚੋਣ, ਇਸ ਤੋਂ ਇਲਾਵਾ ਸਾਡੇ ਪ੍ਰਧਾਨ ਮੰਤਰੀ ਮੰਤਰੀ ਮੰਡਲ ਦੀ ਚੋਣ ਚਾਹੇ ਲੋਕ ਸਭਾ 'ਚ ਹੀ ਹੁੰਦੀ ਹੈ, ਇਹ ਸਾਰੀਆਂ ਕੀ ਨੇ ਸਾਡੇ ਕੋਲ ਪ੍ਰਤੱਖ ਚੋਣ ਦੀਆਂ ਐਗਜ਼ਾਮਪਲਸ ਨੇ। ਇੱਕ ਨੰਬਰ 'ਚ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਪ੍ਰਤੱਖ ਚੋਣ ਕਿਹੜੀ ਕਿਹੜੀ ਹੁੰਦੀ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਲੋਕ ਸਭਾ ਦੀ ਚੋਣ, ਠੀਕ ਹੈ ਨਾ ਬੇਟੇ, ਲੋਕ ਸਭਾ, ਰਾਜ ਵਿਧਾਨ ਸਭਾਵਾਂ, ਕਈ ਬੱਚੇ ਰਾਜ ਸਭਾ ਲਿਖ ਦਿੰਦੇ ਨੇ, ਰਾਜ ਸਭਾ ਨਹੀਂ ਹੈ ਬੇਟੇ, ਰਾਜ ਵਿਧਾਨ ਸਭਾਵਾਂ,
ਪੰਚਾਇਤਾਂ ਅਤੇ ਮਿਊਂਸੀਪੈਲਟੀ ਦੀਆਂ ਇਹ ਸਭ ਪ੍ਰਤੱਖ ਚੋਣਾਂ ਭਾਰਤ ਵਿੱਚ ਕਰਵਾਈਆਂ ਜਾਂਦੀਆਂ ਹਨ। ਅੱਗੇ ਆ ਗਿਆ ਅਪ੍ਰਤੱਖ ਚੋਣ ਢੰਗ। ਅਪ੍ਰਤੱਖ ਚੋਣ ਢੰਗ ਕੀ ਹੈ ਬੇਟੇ? ਇਸ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ ਕਿ ਮਤਦਾਤਾ ਚੁਣੇ ਜਾਣ ਵਾਲੇ ਉਮੀਦਵਾਰ ਦੀ ਚੋਣ ਵਿੱਚ ਸਿੱਧਾ ਭਾਗ ਨਹੀਂ ਲੈਂਦੇ। ਸਿੱਧੇ ਅਸੀਂ ਕਿਸੇ ਬੂਥ 'ਤੇ ਜਾ ਕੇ ਚੋਣ ਕੌਨਸਟੀਚੁਐਂਸੀ ਦੇ ਕਿਸੇ ਵੀ ਅਸੀਂ ਵੋਟ ਪਰਚੀ ਦੀ ਵਰਤੋਂ ਕਰਕੇ ਸਿੱਧੀ ਵੋਟ ਅਸੀਂ ਨਹੀਂ ਪਾਉਂਦੇ ਜਿਸ ਬੰਦੇ ਨੂੰ ਅਸੀਂ ਚੁਣਨਾ ਹੈ। ਕਰਦੇ ਕੀ ਹਾਂ ਕਿ ਪਹਿਲਾਂ ਮਤਦਾਤਾਵਾਂ ਦੇ ਰਾਹੀਂ ਇੱਕ ਚੋਣ ਮੰਡਲ ਚੁਣਿਆ ਜਾਂਦਾ ਹੈ, ਠੀਕ ਹੈ? ਫਿਰ ਉਹ ਚੋਣ ਮੰਡਲ ਅੱਗੇ ਉਸ ਉਮੀਦਵਾਰ ਦੀ ਚੋਣ ਕਰਦੇ ਹਨ। ਲਾਈਕ ਤੁਸੀਂ ਕੋਈ